जट कौम है शेर बहादरां दी, जट कौम है शेर बहादरां दी, मक्खी नक ते उत्ते नहीं बैण दिंदे, भाजी इक्कियां दी कत्ती मोड़ दिंदे, किला हिम्मतां दा कदे नहीं ढहण दिंदे, किला हिम्मतां दा कदे नहीं ढहण दिंदे। तुसी सुन रहे हो jatsite.com आडियो, ते मेरा नाम है हरदीप सिंह मान, मैं आस्ट्रेलिया दी राजधानी वियना विच हां। ਸਾਡੇ ਨਾਲ ਨੇ ਪਟਿਆਲਾ ਯੂਨੀਵਰਸਿਟੀ ਦੇ ਡਾਕਟਰ ਗੁਰਪ੍ਰੀਤ ਸਿੰਘ ਲਹਿਲ ਜੀ, ਜੋ ਕਿ ਇੰਗਲੈਂਡ ਤੋਂ ਸਾਡੇ ਨਾਲ ਗੱਲ ਕਰਨਗੇ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਦੱਸ ਦੇਵਾਂ, ਮੇਰਾ ਮਕਸਦ ਇਸ ਆਡੀਓ ਵਿੱਚ ਸਿਰਫ ਸਵਾਲ ਕਰਨਾ ਹੀ ਨਹੀਂ ਬਲਕਿ ਮੌਜੂਦਾ ਪੰਜਾਬੀ ਬੋਲੀ ਦੇ ਹਾਲਾਤ ਦੱਸਣਾ ਵੀ ਹੈ। ਸੋ ਸਵਾਲ ਅਤੇ ਜਾਣਕਾਰੀ ਦਾ ਆਦਾਨ ਪ੍ਰਦਾਨ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਤੇ ਸਮਾਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਜੀ। ਤੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਪਿਛੋਕੜ ਅਤੇ ਵਿਦਿਅਕ ਯੋਗਤਾ ਬਾਰੇ ਦੱਸੋ। ਹਾਂਜੀ, ਸਤਿ ਸ੍ਰੀ ਅਕਾਲ ਜੀ, ਮੈਂ ਡਾਕਟਰ ਗੁਰਪ੍ਰੀਤ ਸਿੰਘ ਮਹਿਲ, ਜਿਵੇਂ ਕਿ ਤੁਸੀਂ ਦੱਸਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮੈਂ ਕੰਪਿਊਟਰ ਸਾਇੰਸ ਵਿਭਾਗ ਵਿੱਚ ਪ੍ਰੋਫੈਸਰ ਹਾਂ, ਤੇ ਉੱਥੇ ਇੱਕ ਅਸੀਂ ਸਪੈਸ਼ਲ ਸੈਂਟਰ ਵੀ ਖੋਲਿਆ ਜਿਹਦਾ ਨਾਮ ਹੈਗਾ ਐਡਵਾਂਸ ਸੈਂਟਰ ਫੋਰ ਟੈਕਨੀਕਲ ਡਿਵੈਲਪਮੈਂਟ ਆਫ ਪੰਜਾਬੀ ਲੈਂਗੁਏਜ, ਉਸ ਦਾ ਮੈਂ ਡਾਇਰੈਕਟਰ ਹੈਗਾ ਆ। ਤੇ ਮੇਰੀ ਵਿਦਿਅਕ ਯੋਗਤਾ ਹੈਗੀ ਆ, ਮੈਂ ਇਸ ਤੋਂ ਪਹਿਲਾਂ ਮੈਥ ਦੀ ਬੈਕਗ੍ਰਾਉਂਡ ਸੀਗੀ, ਮੈਂ ਬੀ ਐਸ ਸੀ ਤੇ ਐਮ ਐਸ ਸੀ ਮੈਥਮੈਟਿਕਸ ਕੀਤਾ ਸੀਗਾ, ਉਸ ਤੋਂ ਬਾਅਦ ਫਿਰ ਕੰਪਿਊਟਰ ਸਾਇੰਸ ਵਿੱਚ ਸ਼ਿਫਟ ਕੀਤਾ, ਮੈਂ ਫਿਰ ਐਮ ਟੈਕ ਕੰਪਿਊਟਰ ਸਾਇੰਸ ਵਿੱਚ ਕੀਤੀ ਤੇ ਪੀ ਐਚ ਡੀ ਵੀ ਕੰਪਿਊਟਰ ਸਾਇੰਸ ਵਿੱਚ ਕੀਤੀ ਹੈਗੀ ਆ, ਤੇ ਪਿਛਲੇ 15 ਸਾਲਾਂ ਤੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਸੇਵਾ ਨਿਭਾ ਰਿਹਾ ਹਾਂ। ਤੇ ਅਗਲੇ ਸਵਾਲ ਕਰਨ ਤੋਂ ਪਹਿਲਾਂ ਹੁਣ ਇੱਕ ਜਾਣਕਾਰੀ ਸਾਂਝੀ ਕਰ ਲਈਏ। ਜਿਵੇਂ ਕਿ ਹਰੇਕ ਬੋਲੀ ਦਾ ਵਿਕਾਸ ਲਈ ਖੋਜਕਾਰ, ਪੇਸ਼ਕਾਰ ਅਤੇ ਵਰਤੋਂਕਾਰਾਂ ਦਾ ਆਪਸੀ ਸੰਪਰਕ ਬਹੁਤ ਜ਼ਰੂਰੀ ਹੁੰਦਾ ਹੈ, ਭਾਵ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੁੰਦੇ ਹਨ। ਜਦ ਤੱਕ ਖੋਜਕਾਰ ਨੂੰ ਵਰਤੋਂਕਾਰ ਦੀਆਂ ਲੋੜ ਸਮੱਸਿਆਵਾਂ ਦਾ ਪਤਾ ਨਹੀਂ ਲੱਗਦਾ, ਤਦ ਤੱਕ ਖੋਜਕਾਰ ਉਹਨਾਂ ਦਾ ਹੱਲ ਨਹੀਂ ਕਰ ਸਕਦਾ। ਹੁਣ ਮੌਜੂਦਾ ਪੰਜਾਬੀ ਹਾਲਾਤ ਇਹ ਹਨ ਕਿ ਖੋਜਕਾਰ ਪੰਜਾਬੀ ਬੋਲੀ ਸੰਬੰਧੀ ਖੋਜ ਤਾਂ ਕਰੀ ਜਾ ਰਹੇ ਹਨ, ਪਰ ਇੱਥੇ ਕੁਝ ਉਦਾਹਰਨਾਂ ਦੇਣਾ ਚਾਹਾਂਗਾ। ਜਿਵੇਂ ਕਿ ਯੂਨੀਕੋਡ ਦੇ ਅਨਮੋਲ ਲਿਪੀ ਅਤੇ ਧਨੀ ਰਾਮ ਚਾਤ੍ਰਿਕ 2007 ਵਿੱਚ ਹੀ ਨੈੱਟ ਤੇ ਲਾ ਦਿੱਤੇ ਗਏ ਸਨ, ਜਿਵੇਂ 3 ਸਾਲ ਪਹਿਲਾਂ, ਤੇ ਸੁਖਵਿੰਦਰ ਸਿੰਧੂ ਨੇ 2004 ਵਿੱਚ ਵੀ ਇੱਕ ਮੁਫ਼ਤ ਪ੍ਰੋਗਰਾਮ ਫੌਂਟਾਂ ਨੂੰ ਆਪਸ 'ਚ ਬਦਲਣ ਦਾ, ਗੂਚਾ ਨਾਮ ਹੈ ਉਸਦਾ, ਉਹ ਵੀ ਨੈੱਟ ਤੇ ਲਾ ਦਿੱਤਾ ਗਿਆ, ਭਾਵ 4 ਸਾਲ ਉਹ ਪਹਿਲਾਂ। ਤੇ ਤੁਸੀਂ ਵੀ ਅੱਖਰ ਪ੍ਰੋਗਰਾਮ ਅੱਖਰ 2007 3 ਸਾਲ ਪਹਿਲਾਂ ਤਿਆਰ ਕਰਕੇ ਪੰਜਾਬੀਆਂ ਨੂੰ ਦੇ ਦਿੱਤਾ ਸੀ। ਤੋ ਇਹਨਾਂ ਸਭ ਦਾ ਅਰਥ ਹੈ ਕਿ ਕਈ ਸਾਲ ਪਹਿਲਾਂ ਹੀ ਪੰਜਾਬੀ ਵਿਕਾਸ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਸੀ, ਪਰ ਆਮ ਪੰਜਾਬੀ ਵਰਤੋਂਕਾਰ ਹਾਲੇ ਵੀ ਹਨੇਰੇ 'ਚ ਤੀਰ ਚਲਾ ਰਿਹਾ ਹੈ, ਭਾਵ ਪੁੱਛ ਰਿਹਾ ਯੂਨੀਕੋਡ ਕੀ ਹੈ, ਫੌਂਟ ਕਿੱਥੋਂ ਬਦਲਣਾ ਹੈ। ਤੇ ਮੇਰੇ ਹੀ ਸੋਚ ਮੁਤਾਬਕ ਇਹ 3 ਕਾਰਨ ਹਨ ਇਸਦੇ ਕਿ ਖੋਜਕਾਰ ਤੇ ਵਰਤੋਂਕਾਰ ਦਾ ਵਿਚੋਲਾ ਪੇਸ਼ਕਾਰ ਪੰਜਾਬੀ ਭਾਈਚਾਰਾ ਵਿੱਚ ਨਹੀਂ ਹੈ। ਦੂਸਰਾ ਹੈ ਜੋ ਪੰਜਾਬੀ ਅਖਬਾਰਾਂ 'ਚ ਜੇਕਰ ਤੁਸੀਂ ਦੇਖਿਆ ਜਾਵੇ, ਸਿਰਫ ਅਜੀਤ ਜਲੰਧਰ ਵਿੱਚ ਹੀ ਸੀਪੀ ਕੰਬੋਜ ਦੇ ਇੱਕ ਲੇਖ ਲੱਗਦਾ ਹੈ, ਹੋਰ ਕਿਤੇ ਮੇਰੀ ਨਜ਼ਰ ਵਿੱਚ ਕਿਤੇ ਨਹੀਂ ਕੋਈ ਤਕਨੀਕੀ ਬਾਰੇ ਲੇਖ ਲਿਖਦਾ ਹੋਵੇ ਜਾਂ ਜਾਣਕਾਰੀ ਦਿੱਤੀ ਜਾਂਦੀ ਹੋਵੇ। ਤੇ ਤੀਸਰਾ ਜੋ ਹੈ ਉਹ ਹੈ, ਜੇਕਰ ਕੁਝ ਪੇਸ਼ਕਾਰ ਹੈ ਵੈਬਸਾਈਟਾਂ ਜਿਨ੍ਹਾਂ ਨੇ ਬਣਾਈਆਂ ਹੋਈਆਂ ਹਨ, ਜਿਵੇਂ ਕਿ ਸੋਇਟ ਵੈਬਸਾਈਟ ਦੀ ਗੱਲ ਕਰੀਏ, ਉਹ ਬਹੁਤ ਵਧੀਆ, ਪਹਿਲਾਂ ਤਾਂ ਪਹਿਲੀ ਨਜ਼ਰ ਤਾਂ ਲੱਗਾ ਕਿ ਜਿਵੇਂ ਉਹਨਾਂ ਨੇ ਬਲੌਗ ਬਣਾਇਆ ਹੈ ਜਿਸ ਤੇ ਵਰਤੋਂਕਾਰ ਸਵਾਲ ਰੱਖ ਸਕਦਾ ਹੈ, ਵਰਤੋਂਕਾਰ ਆਨਲਾਈਨ ਕਨਵਰਟਰ ਵੀ ਹੈ, ਪਰ ਜਦੋਂ ਟੈਸਟ ਕੀਤਾ ਤਾਂ ਆਨਲਾਈਨ ਕਨਵਰਟਰ ਵਿੱਚ ਕਮੀਆਂ ਸਨ, ਤੇ ਬਲੌਗ ਵਿੱਚ ਜੇਕਰ ਕੋਈ ਸਵਾਲ ਲਿਖਦਾ ਸੀ ਤਾਂ ਜਵਾਬ ਵੀ ਉੱਥੇ ਮੈਂ ਦੇਖਿਆ, ਜਿਵੇਂ ਇੱਕ ਨੇ ਸਵਾਲ ਲਿਖਿਆ ਸੀ ਵੀ ਇੰਟਰਨੈਟ ਤੇ ਪੰਜਾਬੀ ਕਿਹੜੇ ਢੰਗ ਤਰੀਕੇ ਨਾਲ ਲਿਖੀਏ, ਤਾਂ ਉੱਥੇ ਜਵਾਬ ਦਿੱਤਾ ਗਿਆ ਸੀ ਸਿਰਫ 2 ਅੱਖਰਾਂ 'ਚ ਬਥੇਰੇ ਨੇ। ਇਹ ਕੋਈ ਪਿਸ਼ਾਵਰ ਜਵਾਬ ਨਹੀਂ ਸੀ ਓਸੀਪੀ ਕੰਬੋਜ ਵੱਲੋਂ, ਜਿਵੇਂ ਕਿ ਮੈਂ ਵੀ ਕਨਵਰਟਰ ਦੀਆਂ ਕਮੀਆਂ ਵੱਲ ਧਿਆਨ ਦਵਾਉਣ ਲਈ ਉੱਥੇ ਸਵਾਲ ਲਿਖਿਆ ਸੀਗਾ, ਪਰ 11 ਦਿਨ ਬਾਅਦ ਉਹ ਸਾਰੇ ਸਵਾਲ ਜਵਾਬ ਮਿਟਾ ਦਿੱਤੇ ਗਏ। ਸੋ ਕਹਿਣ ਤੋਂ ਭਾਵ ਹੈ ਕਿ ਪੇਸ਼ਕਾਰ ਵੀ ਕੋਈ ਇੰਨੀ ਵਧੀਆ ਪੇਸ਼ਕਾਰੀ ਨਹੀਂ ਕਰ ਰਹੇ, ਜਾਂ ਵਰਤੋਂ ਕਾਰਨ ਸਿਰਫ ਦਿਖਾਵੇ ਲਈ ਪਤਾ ਨਹੀਂ ਕਿਸੇ ਕਾਰਨ ਜਾਂ ਮੁੱਕਦੀ ਗੱਲ ਹੈ, ਇਹ ਪੇਸ਼ਕਾਰਾਂ ਦਾ ਸੱਚ ਸੀ। ਤੇ ਹੁਣ ਆਉਂਦੇ ਆ ਇਹ ਸਵਾਲ ਵੱਲ, ਤੇ ਫੇਸਬੁੱਕ ਤਕਨੀਕ ਪੱਖੋਂ ਇੱਕ ਤੁਸੀਂ ਵੀ ਦੇਖ ਲਿਆ ਕਿ ਇੱਕ ਮੰਚ ਲਗਭਗ ਤਿਆਰ ਹੋ ਚੁੱਕਾ ਹੈ, ਕਾਫੀ ਲੋਕਾਂ ਦਾ ਆਪਸੀ ਸੰਪਰਕ ਹੈ ਫੇਸਬੁੱਕ ਵਿੱਚ ਤੇ ਫੇਸਬੁੱਕ ਰਾਹੀਂ,
ਇਹ ਲਗਭਗ ਸਾਰੀਆਂ ਸਹੂਲਤਾਂ ਪੇਸ਼ ਕਰਦਾ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਮੰਚ ਦੀ ਲੋੜ ਹੈ ਜਿੱਥੇ ਲੋ ਫੇਸਬੁੱਕ ਪੇਜ ਰਾਹੀਂ ਜਾਂ ਵੈਬਸਾਈਟ ਰਾਹੀਂ ਜਿੱਥੇ ਪੰਜਾਬੀ ਖੋਜਕਾਰ ਪੇਸ਼ਕਾਰ ਵਰਤੋਂਕਾਰ ਇਕੱਠੇ ਹੋ ਸਕਣ, ਜਿੱਥੇ ਤੁਸੀਂ ਖੋਜਾਂ ਪੇਸ਼ ਕਰ ਸਕਣ, ਵਰਤੋਂਕਾਰ ਆਪਣੀਆਂ ਸਮੱਸਿਆਵਾਂ ਸਵਾਲ ਰੱਖ ਸਕਣ, ਏਦਾਂ ਦਾ ਇਸ ਪਾਸੇ ਕੁਛ ਸੰਭਵ ਹੈ? ਸੀਪੀ ਕੰਬੋਜ ਦਾ ਮੈਂ ਕਹੂੰਗਾ, ਜਿੱਥੇ ਕਿਉਂਕਿ ਉਹ ਹਰੇਕ ਐਤਵਾਰ ਇੱਕ ਲੇਖ ਲੱਗਦਾ ਹੈ, ਤੇ ਨੋਰਮਲ ਇਸੇ ਵਿਸ਼ੇ ਵੱਲ ਮਤਲਬ ਲਿਖਿਆ ਜਾ ਰਿਹਾ ਹਨ, ਤੇ ਉੱਥੇ ਵੈਬਸਾਈਟਾਂ ਵੀ ਪੇਸ਼ ਕੀਤੀਆਂ ਜਾ ਰਹੀਆਂ ਹਨ, ਤੇ ਬਾਕੀ ਤੁਸੀਂ ਜਿੱਦਾਂ ਕਿਹਾ ਕਿ ਆਪਣਾ ਆਮ ਬੰਦੇ ਨੂੰ ਕਿਵੇਂ ਪਤਾ ਲੱਗੇ, ਲਗਭਗ ਆਪਾਂ ਹੁਣ ਪੰਜਾਬ ਸਪੈਕਟ੍ਰਮ ਜਿਵੇਂ ਵੈਬਸਾਈਟ ਹੈ ਉੱਥੇ ਲਗਭਗ 4000 ਤੋਂ ਜ਼ਿਆਦਾ ਹੈਗੇ ਆ ਜਿਨ੍ਹਾਂ ਨੇ ਅੱਜ ਦੋਸਤ ਸੂਚੀ ਵਿੱਚ ਸ਼ਾਮਿਲ ਕੀਤੇ ਗਏ ਹਨ, 4000 ਤੋਂ ਵੱਧ, ਫਿਰ ਉਹਨਾਂ ਦੇ ਵਿੱਚ ਵੀ ਜਿਹੜੇ ਮੰਨ ਲਓ ਇੱਕ ਦੋ ਮੇਨ ਹੋਰ ਅਦਾਰੇ ਪੰਜਾਬੀ ਅਦਾਰੇ ਉਹਨਾਂ ਦੇ ਵਿੱਚ ਵੀ ਲਗਭਗ ਮਤਲਬ ਸਭ ਤੋਂ ਜ਼ਿਆਦਾ ਤਾਂ ਹੁਣ ਪੰਜਾਬ ਸਪੈਕਟ੍ਰਮ ਦੇ ਵਿੱਚ ਹੈ 4000, ਤੇ ਉਹਨਾਂ ਉੱਥੇ ਐਲਾਨ ਕੀਤਾ ਜਾ ਸਕਦਾ ਵੀ ਇਹ ਗਰੁੱਪ ਬਣਾਇਆ ਗਿਆ ਹੈ ਲਗਭਗ, ਫਿਰ ਉਹਨਾਂ ਨੂੰ ਪਤਾ ਲੱਗੂਗਾ, ਫੇਸਬੁੱਕ ਦਾ ਇਹੀ ਫਾਇਦਾ ਹੈ ਨਾ, ਫਿਰ ਉਹ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਫਿਰ ਅਗਾਂਹ ਹੋਰ ਕਿਸੇ ਨੂੰ ਦੱਸ ਸਕਦੇ ਹਨ, ਤੇ ਦੂਸਰਾ ਤਰੀਕਾ ਇਹ ਹੈ ਕਿ ਜਿਵੇਂ ਕਿ ਮੈਂ ਦੱਸਿਆ ਵੀ ਸੀਪੀ ਕੰਬੋਜ ਜੇਕਰ ਉਹ ਹਰ ਐਤਵਾਰ ਉਹਨਾਂ ਦਾ ਲੇਖ ਲੱਗਦਾ ਹੈ, ਜੇ ਇੱਕ ਉਹ ਖਬਰਾਂ ਵੀ ਵਿੱਚ ਲਿਖਦੇ ਹਨ, ਉਹ ਜਿੱਦਾਂ ਲੇਖ ਦੇ ਵਿੱਚ ਵੀ ਛੋਟੀਆਂ ਮੋਟੀਆਂ ਤਕਨੀਕ ਸੰਬੰਧੀ ਖਬਰਾਂ ਵੀ ਲਾਈਆਂ ਜਾਂਦੀਆਂ ਹਨ, ਤਾਂ ਉਹ ਵੀ ਉੱਥੇ ਐਲਾਨ ਕੀਤਾ ਜਾਵੇ ਐਤਵਾਰ ਨੂੰ ਜੀਤ ਜਲੰਧਰ 'ਚ ਵੀ ਕਿ ਇਹ ਗਰੁੱਪ ਬਣਾ ਦਿੱਤਾ ਗਿਆ ਹੈ, ਇੱਥੇ ਤੁਸੀਂ ਤਕਨੀਕੀ ਸਮੱਸਿਆਵਾਂ ਦਾ ਹੱਲ ਕਰ ਸਕਦੇ ਹੋ, ਮਤਲਬ ਸਵਾਲ ਲਿਖ ਸਕਦੇ ਹੋ, ਤਾਂ ਫਿਰ ਆਮ ਬੰਦੇ ਤੱਕ ਜੇ ਹੁਣ 4000 ਆ ਫਿਰ 10000 ਹੋਣਗੇ, ਫਿਰ 10000 ਤੋਂ ਤੇ ਬਾਕੀ ਜਿਵੇਂ ਕਿ ਫੇਸਬੁੱਕ ਨੇ ਝਟਪਟ ਸੂਚਨਾ ਚਲੇ ਜਾਂਦੀ ਹੈ, ਤੇ ਫਿਰ ਉਹ ਇਸ ਤਰ੍ਹਾਂ ਵਾਧਾ ਕੀਤਾ ਜਾ ਸਕਦਾ। ਹੋਰ ਵੀ ਪੰਜਾਬੀ ਸਾਹਿਤ ਦੇ ਮੈਂ ਵੀ ਦੇਖਿਆ ਹੈ, ਪੰਜਾਬੀ ਸਾਹਿਤ ਸੰਬੰਧੀ ਬਹੁਤ ਸਾਰੇ ਪੇਜ ਬਣੇ ਹੋਏ ਹਨ, ਉੱਥੇ 3000 ਹੈ, ਇੱਕ ਹੈਗੀ ਸੀ ਹੁਣ ਮੈਨੂੰ ਨਾਮ ਨਹੀਂ ਯਾਦ, ਉੱਥੇ 3000 ਹੈ, ਪਰ ਆਮ ਤੌਰ ਤੇ ਫੇਸਬੁੱਕ ਦੀ ਜੇ ਗੱਲ ਕਰੀਏ ਤਾਂ ਫੇਸਬੁੱਕ ਨੂੰ ਵੀ ਸਿਰਫ ਆਸ਼ਕੀ ਦਾ ਅੱਡਾ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਪਰ ਆਪਾਂ ਇਸ ਨੂੰ ਗਿਆਨ ਜਾਣਕਾਰੀ ਤੇ ਵਿਚਾਰਾਂ ਦੀ ਸਾਂਝ ਕਰਕੇ ਪੇਸ਼ ਕਰ ਸਕਦੇ ਹਾਂ, ਕਿਉਂਕਿ ਫੇਸਬੁੱਕ ਨਾਲ ਬਹੁਤ ਤੁਸੀਂ ਆਪਣੀ ਇੱਕ ਵਾਰੀ ਕਾਰਵਾਈ ਲਿਖਦੇ ਹੋ ਜਾਂ ਜਿਵੇਂ ਉਹ ਸਵਾਲ ਕਰਦੇ ਹੋ ਤਾਂ ਜਦੋਂ ਉਸਦਾ ਜਵਾਬ ਆਉਂਦਾ ਝਟਪਟ ਸੂਚਨਾ ਪਹੁੰਚ ਜਾਂਦੀ ਹੈ, ਜਦਕਿ ਹੋਰ ਢੰਗ ਤਰੀਕਿਆਂ ਨਾਲ ਤੁਹਾਨੂੰ ਇਕੱਲੇ ਇਕੱਲੇ ਨੂੰ ਈਮੇਲ ਭੇਜਣੀ ਪੈਂਦੀ ਹੈ, ਮੈਂ ਆਹ ਵੀਡੀਓ ਪੇਸ਼ ਕੀਤੀ ਹੈ ਜਾਂ ਮੈਂ ਆਹ ਕੰਮ ਕੀਤਾ ਹੈ, ਤੁਹਾਨੂੰ ਸਿਰਫ ਹੋਰ ਬਹੁਤ ਸਾਰੀਆਂ ਸਹੂਲਤਾਂ ਕਰਕੇ ਮੈਂ ਫੇਸਬੁੱਕ ਦਾ ਸੁਝਾਵ ਦਿੱਤਾ ਸੀਗਾ, ਤੇ ਬਾਕੀ ਜਿੱਦਾਂ ਤੁਸੀਂ ਕਿਹਾ ਵੀ ਆਮ ਬੰਦੇ ਨੂੰ ਕਿਵੇਂ ਪਤਾ ਲੱਗੇ, ਤਾਂ ਇਹਦਾ ਤਾਂ ਫਿਰ ਇਹੀ ਦੋ ਮੈਂ ਜਿਵੇਂ ਕਿਹਾ ਵੀ ਤੁਹਾਡੀ ਗੱਲ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ, ਜਿੱਦਾਂ ਸੀਪੀ ਕੰਬੋਜ ਵਾਲਾ ਸਰ ਮੈਨੂੰ ਲੱਗਦਾ ਸਭ ਤੋਂ ਵੱਡਾ ਅੱਛਾ ਤਰੀਕਾ ਇਹ ਹੈ ਵੀ ਸੀਪੀ ਕੰਬੋਜ ਰਾਹੀਂ ਇੱਕ ਵਾਰੀ ਚਲੇ ਜਾਏ, ਕਿਉਂਕਿ ਅਜੀਤੀ ਫਿਰ ਕਈ ਹੋਰ ਅਖਬਾਰਾਂ 'ਚ ਗੱਲ ਆ ਜਾਂਦੀ ਹੈਗੀ ਆ। ਹਾਂਜੀ ਹਾਂਜੀ, ਇਹ ਵੈਸੇ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਇੱਕ ਰਿਅਲਾਈਜ਼ ਹੋ ਰਿਹਾ, ਇਸ ਤਰ੍ਹਾਂ ਦਾ ਬਲੌਗ ਬਣਾਉਣਾ ਚਾਹੀਦਾ ਤਾਂ ਅਸੀਂ ਇਹਦੇ ਸਟੈਲ ਵੀ ਕਰ ਸਕਦੇ ਹੈਗੇ। ਨਹੀਂ ਮੈਂ ਆਪ ਜਿਵੇਂ ਬਿੱਲੀ ਦੇ ਗੱਲ ਟੱਲੀ ਬੰਨਣ ਵਾਲੀ ਗੱਲ ਇਸ ਤਰ੍ਹਾਂ ਕਰ ਰਹੇ ਹਾਂ ਕਿ ਸਾਨੂੰ ਪੰਜਾਬੀ ਅਖਬਾਰਾਂ ਤੋਂ, ਚਲੋ ਹੁਣ ਅਜੀਤ ਜਲੰਧਰ ਦਾ ਗੱਲ ਫਿਰ ਉਹਦੀ ਉਸ ਦਾ ਸਹਾਰਾ ਲਿਆ, ਬਾਕੀ ਹੋਰ ਅਖਬਾਰਾਂ ਜਿਹੜੀਆਂ ਮਾਂ ਬੋਲੀ ਦੀ ਸੇਵਾ ਜਾਂ ਕਿੱਦਾਂ ਉਹਨਾਂ ਤੋਂ ਕੋਈ ਕਿਸੇ ਕਿਸਮ ਦੀ ਆਸ ਰੱਖਣ ਦੀ ਮੇਰੇ ਖਿਆਲ 'ਚ ਸਮਝਦਾਰੀ ਨਹੀਂ ਹੋਊ ਕਿ ਉਹ ਤਕਨੀਕ ਬਾਰੇ ਲੇਖ ਲਾਉਣ ਜਾਂ ਕਿੱਦਾਂ ਉਹਨਾਂ ਨੂੰ ਕਿਹਾ ਜਾਵੇ ਵੀ ਆਹ ਪੰਜਾਬੀ ਯੂਨੀਕੋਡ ਬਾਰੇ ਦੱਸੇ ਜਾਂ ਉਹ ਕਿਸੇ ਹੋਰ ਤੋਂ ਆਸ ਰੱਖਣ, ਹੁਣ ਆਪਾਂ ਜੇ ਇਹ ਕਾਰਵਾਈ ਕਰੀਏ ਤਾਂ ਵਧੀਆ ਆਪ ਮੰਚ ਬਣਾਈਏ। ਹਾਂਜੀ ਬਿਲਕੁਲ ਠੀਕ, ਹਾਂਜੀ ਮੈਨੂੰ ਮਹਿਸੂਸ ਹੋ ਰਿਹਾ ਕਿ ਇਹ ਜਿੱਦਾਂ ਦਾ ਕੰਮ ਸਾਨੂੰ ਕਰਨਾ ਚਾਹੀਦਾ ਸ਼ੁਰੂ।
हाँ जी, तुसी आप देखो ना भी अखर प्रोग्राम, चलो बाकी है जेडे होर जेडे उपर मैं दस्या भी अखर प्रोग्राम 2007 दा आया ते भी आज तक किन्ने कु नूं पता है, मतलब इस बारे किसी नूं को है कोई जानकारी जां किवें, किसी नूं बहुतियां नूं नहीं मतलब जानकारी होवेगी जद असीं इक पंजाबी सिखाउण दी वैबसाइट हैगी साडी बहुत अच्छी है। हाँ जी, लर्न टू पंजाबी। हाँ जी, मैं अपनी वैबसाइट ते भी लाया लिंक उस ते। हाँ, वो भी मैनूं बड़ी हैरानी हुंदी, मैं जदों भी कितें जांदा ना यूके या कैनेडा वगैरह, उत्थे जाके हर किसे नाल गल करी जां गुरुद्वारे च जिहड़ी डेमोस्ट्रेशन ਦਈਏ ਤੇ ਉਹਦੇ 99% ਲੋਕਾਂ ਨੇ ਉਹਦੇ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਔਰ ਸੁਣ ਕੇ ਹੈਰਾਨ ਹੁੰਦੇ ਵੀ ਇੱਕ ਮੁਫ਼ਤ ਪੰਜਾਬੀ ਸਿਖਾਉਣ ਦੀ ਇੰਨੀ ਵਧੀਆ ਵੈਬਸਾਈਟ ਬਣੀ ਹੋਈ ਤੇ ਸਾਨੂੰ ਕਿਸੇ ਨੂੰ ਜਾਣਕਾਰੀ ਨਹੀਂ ਹੈਗੀ ਹੈ। नहीं भी उही गल है, उस वैबसाइट का भी एक पेज फेसबुक पेज बनाया जाए, उस जेड़ा जिथे लर्न टू पंजाबी जी वैबसाइट है उत्थे लिंक लाया जाए कि जेकर तुहानू फिर भी कुछ नहीं समझ आता जां तुसी अपने विचार देना चाहते दे, ये फेसबुक पेज से मतलब हुण उही जिदा हुण गल चो गल निकली जिदा हुण तुसी वैबसाइट लाती अपने वालों, चलो मां बोली सेवा जां किदा कह लो अपना फर्ज निभाता, पर उहदे उहदे संबंधी तुहानू जिहड़े विचारां दा आदान प्रदान जां जिहड़े वरतों कर रहे आ जां उह पढ़ रहे आ ਉਹਨਾਂ ਦਾ ਉਹ ਕਿੱਥੇ ਸੰਪਰਕ ਆ, ਉਹ ਹੈ ਨੀ, ਮੈਂ ਉਸ ਦੀ ਗੱਲ ਕਰਦਾ ਸੀ ਜਿੱਦਾਂ ਹਨਾ ਤਾਂ ਨਹੀਂ ਵੈਸੇ ਤਾਂ ਉਹਨਾਂ ਦੇ ਨਾ ਕਮੈਂਟਸ ਸਾਨੂੰ ਆਉਂਦੇ ਹੁੰਦੇ ਆ ਮੇਰੇ ਕੋਲ। ਹਾਂਜੀ, ਉਹ ਜਨਤਕ ਜਨਤਕ। ਹਾਂਜੀ, ਅਸੀਂ ਉਹਨਾਂ ਦੇ ਜਵਾਬ ਵੀ ਦਿੰਦੇ ਤੇ ਉਹਨਾਂ ਦੇ ਬੇਸਿਸ ਦੇ ਉੱਪਰ ਅਸੀਂ ਕਈ ਚੀਜ਼ਾਂ ਐਡ ਵੀ ਕੀਤੀਆਂ ਹੈਗੀਆਂ। ਹਾਂਜੀ ਹਾਂਜੀ, ਜਿਵੇਂ ਤੁਹਾਨੂੰ ਯੂਕੇ ਦਾ ਇੱਕ ਵਾਰ ਜਦੋਂ ਸ਼ੁਰੂ ਸ਼ੁਰੂ ਅਸੀਂ ਸ਼ੁਰੂ ਕੀਤੀ ਸੀ ਕਿ ਜਿੱਦਾਂ ਯੂਕੇ ਤੋਂ ਕਿਹਾ ਸੀਗਾ ਵੀ ਅਗਰ ਅਸੀਂ ਕੂੜਾ ਜਿਹੜਾ ਨੂੰ ਕਾ ਕੇ ਪੇਸ਼ ਕਰੀਏ ਤਾਂ ਕਿ ਬੱਚਿਆਂ ਦੇ ਮੂੰਹ ਜ਼ਬਾਨੀ ਚੜ ਜਾਏ ਉਹ। ਹਾਂਜੀ, ਅਸੀਂ ਉਸ ਯਾਦ ਤੋਂ ਬਾਅਦ ਹੀ ਆ ਊੜਾ ਉਠ ਲਿਆ ਉਹ ਜਿਹਨੂੰ ਕਾ ਕੇ ਰੱਖਿਆ। ਹਾਂਜੀ, ਬਾਕੀ ਮੈਨੂੰ ਬੜਾ ਖੁਸ਼ੀ ਹੁੰਦੀ ਸੀ ਅਸੀਂ ਯੂਕੇ ਦੇ ਕਈ ਸਕੂਲਾਂ 'ਚ ਇਹਨਾਂ ਦੱਸਿਆ ਕਿ ਉਹਨਾਂ ਸਕੂਲਾਂ ਵਿੱਚ ਇਹਦੇ ਥਰੂ ਉਹ ਬੱਚਿਆਂ ਨੂੰ ਊੜਾ ਜਿਹੜਾ ਸਿਖਾ ਰਹੇ ਹੈਗੇ ਆ। ਹਾਂਜੀ, ਚਲੋ ਇਹ ਤਾਂ ਹੋਈ ਫੇਸਬੁੱਕ ਤੇ ਇੱਕ ਮੰਚ ਦੀ ਗੱਲ, ਹੁਣ ਅੱਗੇ ਚੱਲਦੇ ਹਾਂ ਅਗਲੇ ਸਵਾਲ ਵੱਲ ਕਿ ਪੰਜਾਬ ਸਰਕਾਰ ਨੇ ਵੀ ਪੰਜਾਬੀ ਲਾਗੂ ਕਰਨ ਲਈ ਕਾਨੂੰਨ ਬਣਾ ਦਿੱਤਾ ਹੈ, ਪਰ ਤਕਨੀਕ ਪੱਖੋਂ ਉਹਨਾਂ ਨੇ ਕੁਝ ਜਾਰੀ ਨਹੀਂ ਕੀਤਾ, ਕੰਪਿਊਟਰ ਪ੍ਰੋਗਰਾਮ ਵਗੈਰਾ ਜਿੱਦਾਂ ਦਫ਼ਤਰਾਂ ਵਗੈਰਾ ਲਈ, ਕਹਿਣ ਤੋਂ ਭਾਵ ਹਾਲਾਤ ਹੁਣ ਇਸ ਤਰ੍ਹਾਂ ਹੈ ਕਿ ਫੌਜੀ ਨੂੰ ਲੜਨ ਲਈ ਜੰਗ ਵਿੱਚ ਤਾਂ ਭੇਜ ਦਿੱਤਾ ਗਿਆ ਪਰ ਬਿਨਾਂ ਹਥਿਆਰਾਂ ਦਾ, ਭਾਵ ਜਿਵੇਂ ਗੋਰਿਆਂ ਦੀ ਗੱਲ ਕਰੀਏ ਕਿ ਇਹ ਇਹਨਾਂ ਨੂੰ ਵੀ ਸਾਡੇ ਇੰਗਲਿਸ਼ ਚ ਚਲੋ ਸੌਖੀ ਹੈ, ਜਰਮਨ ਭਾਸ਼ਾ ਬਹੁਤ ਔਖੀ ਹੈ, ਇੱਥੇ ਤੇ ਜੰਮੇ ਪੜਿਆ ਵੀ ਜਰਮਨ ਨਹੀਂ ਇੰਨੀ ਬਹੁਤੀ ਮਤਲਬ ਲਿਖਤੀ ਰੂਪ ਚ ਬਹੁਤ ਇਹਦੀ ਗਰਾਮਰ ਬਹੁਤ ਔਖੀ ਹੈ, ਤਾਂ ਇਹਨਾਂ ਨੂੰ ਵੀ ਇਹ ਪ੍ਰੋਗਰਾਮਾਂ ਦੀ ਲੋੜ ਪੈਂਦੀ, ਜੋ ਇਹ ਮਦਦ ਲੈਂਦੇ ਆ ਪ੍ਰੋਗਰਾਮਾਂ ਤੋਂ ਮਦਦ ਲੈਂਦੇ ਵੀ ਮੈਂ ਆਹ ਇੱਕ ਅੱਖਰ ਹਰੇਕ ਸ਼ਬਦ ਮਤਲਬ ਕਈ ਤਰ੍ਹਾਂ ਦਾ ਲਿਖਿਆ ਜਾਂਦਾ, ਰਿਪੋਰਟ ਸ਼ਬਦ ਲਓ, ਰਿਪੋਰਟ ਹੁਣ ਸਿਹਾਰੀ ਨਾਲ ਲਿਖਣਾ ਜਾਂ ਬਿਹਾਰੀ ਨਾਲ ਲਿਖਣਾ ਜਾਂ ਦੋ ਰਾਹਰਿਆਂ ਨਾਲ ਲਿਖਣਾ ਜਾਂ ਇੱਕ ਨਾਲ ਲਿਖਣਾ, ਤੋ ਇਸ ਤਰ੍ਹਾਂ ਦੇ ਜਿਹੜੇ ਬਾਬੂ ਆ ਜਾਂ ਕਹਿ ਲਓ ਦਫ਼ਤਰੀ ਬਾਬੂ ਜਾਂ ਕਈ ਹੁਣ ਪੰਜਾਬ 'ਚ ਜਿਹਨਾਂ ਨੇ ਹਿੰਦੀ ਬੋਲਦੇ ਆ ਫਿਰ ਉਹਨਾਂ ਲਈ ਹੋਰ ਮੁਸ਼ਕਲ ਵੀ ਹੋ ਜਾਂਦੀ ਆ, ਵੀ ਉਹ ਹੁਣ ਚਾਹੀਦਾ ਤਾਂ ਇਹ ਸੀ ਵੀ ਦਫ਼ਤਰੀ ਚਿੱਠੀਆਂ ਵਗੈਰਾ ਕਿਤਾਬਾਂ ਪੇਸ਼ ਕਰਨੀਆਂ ਚਾਹੀਦੀਆਂ ਵੀ ਕੋਈ ਚਿੱਠੀ ਲਿਖਣੀ ਆ ਵੀ ਇਸ ਤਰ੍ਹਾਂ ਦੀ ਚਿੱਠੀ ਹੋਣੀ ਚਾਹੀਦੀ ਆ ਵੀ ਜਿਹੜੀ ਕੋਈ ਕਿਸੇ ਕਿਸਮ। ਹਾਂਜੀ, ਤੇ ਮਤਲਬ ਇਹ ਇਸ ਤਰ੍ਹਾਂ ਦੇ ਫੈਸਲੇ ਜਾਂ ਸਪੈਲ ਚੈੱਕਰ ਜਾਂ ਅੱਖਰ ਪ੍ਰੋਗਰਾਮ ਦੇ ਸਪੈਲ ਚੈੱਕਰ ਨਾਲ ਹੱਲ ਕੀਤੇ ਜਾ ਸਕਦੇ ਸੀ ਵੀ ਰਿਪੋਰਟ ਸ਼ਬਦ ਕਿਵੇਂ ਲਿਖਣਾ ਜਾਂ ਉਹ ਇੰਗਲਿਸ਼ ਵਿੱਚ ਜਿਵੇਂ ਡਿਕਸ਼ਨਰੀ ਆ ਜੇ ਰਿਪੋਰਟ ਸ਼ਬਦ ਮਤਲਬ ਉਹ ਇੰਗਲਿਸ਼ 'ਚ ਰਿਪੋਰਟ ਸ਼ਬਦ ਲਿਖ ਸਕਦੇ ਹਾਂ ਫਿਰ ਇੰਗਲਿਸ਼ ਟੂ ਪੰਜਾਬੀ 'ਚ ਦੇਖ ਸਕਦੇ ਹਾਂ ਹਾਂ ਵੀ ਸਪੈਲ ਚੈੱਕਰ ਜਾਂ ਅੱਖਰ ਪ੍ਰੋਗਰਾਮ ਕਹਿ ਰਿਹਾ ਰਿਪੋਰਟ ਇੱਦਾਂ ਲਿਖਣਾ, ਚਲੋ ਗੱਲ ਖਤਮ ਅੱਗੇ ਵਧੀਏ, ਕਹਿਣ ਤੋਂ ਭਾਵ। ਹਾਂਜੀ, ਮੇਰੇ ਲਈ ਅੱਖਰ ਪ੍ਰੋਗਰਾਮ ਇੱਕ ਪੰਜਾਬੀ ਵਿਕਾਸ ਦਾ ਦਿਲ ਹੈ ਬਈ, ਮਤਲਬ ਇੱਦਾਂ ਨਹੀਂ ਹੋ ਸਕਦਾ ਕਿਉਂਕਿ ਪੰਜਾਬੀ ਬਈ ਭਾਸ਼ਾ ਵਿਭਾਗ ਨਾਲ ਗੱਲ ਕੀਤੀ ਜਾਵੇ ਕਿ ਤੁਸੀਂ ਜੇ ਨਹੀਂ ਕੰਮ ਕੋਈ ਕਰਨਾ ਜਾਂ ਜਿਵੇਂ ਕੁੰਭਕਾਨੀ ਨੀਤ ਸੁੱਤੇ ਰਹਿਣਾ ਤਾਂ ਥੋੜ੍ਹੀ ਜਿਹੀ ਜੇਬ ਢਿੱਲੀ ਕਰਕੇ ਕਿ ਇਸ ਤਰ੍ਹਾਂ ਦੇ ਜਾਂ ਹੋਰ ਪ੍ਰੋਗਰਾਮ ਜਾਂ ਇਸੇ ਪ੍ਰੋਗਰਾਮ ਨੂੰ ਖਰੀਦ ਕੇ ਪੰਜਾਬੀਆਂ ਲਈ ਨੈੱਟ ਤੇ ਮੁਫ਼ਤ ਉਪਲਬਧ ਕਰਵਾ ਦਿੱਤਾ ਜਾਵੇ, ਕਿਉਂਕਿ ਹੁਣ ਜੇ ਇਸ ਅੱਖਰ ਪ੍ਰੋਗਰਾਮ ਨੂੰ ਪੰਜਾਬੀਆਂ ਲਈ ਨੈੱਟ ਤੇ ਮੁਫ਼ਤ ਉਪਲਬਧ ਕਰਾ ਦਿੱਤਾ ਜਾਵੇ ਤਾਂ ਪੰਜਾਬੀ ਤਕਨੀਕ ਸੰਬੰਧੀ ਸਾਰੀਆਂ ਸਮੱਸਿਆਵਾਂ ਜੜੋਂ ਹੀ ਖਤਮ ਕੀਤੀਆਂ ਜਾ ਸਕਦੀਆਂ, ਮੇਰਾ ਇਹ ਵਿਸ਼ਵਾਸ ਹੈ, ਕਿਉਂਕਿ ਜੇਕਰ ਇੱਕ ਹੀ ਪ੍ਰੋਗਰਾਮ ਦੇ ਵਿੱਚ ਸਾਰੀਆਂ ਸਹੂਲਤਾਂ ਹੋਣ ਤਾਂ ਸਭ ਤੋਂ ਵਧੀਆ ਹੈ, ਤੇ ਇਸ ਨੂੰ ਤੁਸੀਂ ਇਸ ਤਰ੍ਹਾਂ ਦਾ ਕੁਛ ਸੰਭਵ ਹੈ ਤੁਹਾਡੇ ਕੀ ਖਿਆਲ ਵਿੱਚ ਕਿ ਪੰਜਾਬੀ ਭਾਸ਼ਾ ਵਿਭਾਗ ਜਾਂ ਕੋਈ ਪੰਜਾਬ ਸਰਕਾਰ ਜਾਂ ਕੁਛ ਜਾਂ ਹੋਰ ਕੋਈ ਸੰਸਥਾ ਇਸ ਤਰ੍ਹਾਂ ਦਾ ਕੁਛ ਕਰ ਸਕਦੀ ਹੈ ਜਾਂ? ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗਾ, ਮੈਨੂੰ ਨਾ ਪਿਛਲੇ ਸਾਲ ਦੀ ਗੱਲ ਹੈਗੀ ਆ, ਕਾਫੀ ਸੀਨੀਅਰ IAS ਆਫੀਸਰ ਹੈਗੇ ਆ ਸਰਵੇਸ਼ ਕੌਸ਼ਲ। ਹਾਂਜੀ, ਉਹਨਾਂ ਦਾ ਇੱਕ ਵਾਰੀ ਮੈਨੂੰ ਫੋਨ ਆਇਆ ਸੀਗਾ, ਕਹਿੰਦੇ ਵੀ ਮੈਨੂੰ ਸਾਨੂੰ ਕਹਿੰਦੇ ਪੰਜਾਬੀ ਇਹਨਾਂ ਨੇ ਕੰਪਲਸਰੀ ਕਰ ਦਿੱਤੀ ਆ, ਕਹਿੰਦੇ ਵੀ ਅੰਗਰੇਜ਼ੀ ਵਿੱਚ ਤਾਂ ਮੈਂ ਬਹੁਤ ਫਾਸਟ ਟਾਈਪਿੰਗ ਕਰ ਸਕਦਾ ਹੈਗਾ, ਮੈਂ ਆਪਣੇ ਚਿੱਠੀਆਂ ਲਿਖ ਸਕਦਾ, ਤੇ ਕਹਿੰਦੇ ਪੰਜਾਬੀ ਦੀ ਕਿੱਦਾਂ ਟਾਈਪਿੰਗ ਕਰਨੀ ਆ। ਹਾਂਜੀ, ਡਾਊਨਲੋਡ ਕਰ ਲੋ ਤੇ ਵਰਤ ਕੇ ਦੇਖੋ। ਹਾਂਜੀ ਹਾਂਜੀ, ਉਹ ਉਸ ਤੋਂ ਬਾਅਦ ਇੰਨੇ ਖੁਸ਼ ਹੋਏ
ਵੈਸੇ ਹੁਣ ਬਾਅਦ ਵਿੱਚ ਗੂਗਲ ਵਿੱਚ ਵੀ ਆ ਗਈ ਸੀ, ਉਦੋਂ ਹਾਲੇ ਫੈਸਿਲਿਟੀ ਆਈ ਨਹੀਂ ਸੀ ਪੰਜਾਬੀ ਰੋਮਨਾਈਜ਼ ਰਾਈਟਿੰਗ ਦੀ ਨਾ, ਤੇ ਉਹ ਵਰਤ ਕੇ ਇੰਨੇ ਜ਼ਿਆਦਾ ਖੁਸ਼ ਹੋਏ ਉਹਨਾਂ ਨੇ। ਫਿਰ ਉਸ ਤੋਂ ਬਾਅਦ ਇੱਕ IAS ਆਫਿਸਰ ਦੀ ਮੀਟ ਸੀ, ਜਿਹੜੇ ਸਾਰੇ ਚੀਫ ਸੈਕਟਰੀ ਜਿੰਨੇ ਟੋਪ ਦੇ IAS ਆਫਿਸਰ ਸੀਗੇ, ਉਹਨਾਂ ਨੇ ਸਾਰੇ ਅੱਖਾਂ ਡੈਮੋਸਟ੍ਰੇਟ ਵੀ ਕਰਵਾ ਕੇ ਦਿਖਾਇਆ ਤੇ ਸਾਰਿਆਂ ਨੂੰ ਕਿਹਾ ਵੀ ਕਿ ਸਾਰੇ ਜਿਹੜੇ ਟੋਪ ਦੇ IAS ਆਫਿਸਰ ਸਭ ਨਾਲ ਇਹ ਸਮੱਸਿਆ ਆ ਰਹੀ ਸੀ ਕਿ ਪੰਜਾਬੀ जंग च लड़न जाना तो हथियार भी तो चाहिए कले फोके फोके फेंटर फोके ऐलान भी पंजाबी लागी का बस लागू हो जाए इदा थोड़ो कोई लागू होंगी है वह तो सारे पता भी मतलब कोई प्रोग्राम हम अज तकनीकी युग है तो तकनीक चाहिए है प्रोग्राम चाहिए है जिम्मे हम आम तौर पर दफ्तर इधर बाहर सारे दफ्तर काम करने वाले पता भी चिट्ठिया पहला तो मिलदिया हैं आज इस विषय में जेकर चिट्ठी लिखनी है तो इस तरह लिख स सिर्फ एड्रैस बदल की लड़ है थोड़ा जहा शब्द बदल की लड़ है तो बंद झटपट तैयार करके झटपट काम हो जाए है ना। तो ये हम देखो हम यह तो फिर उही गल हो गई है ना भी आम वरतोकार ज आम पंजाबी ज आम पढ़े लिखे दे आम ही गल आ जाऊगी पर एक राजनेता नैतिक बंदे तो सिर्फ उन्हें सिर्फ अपना ऐलान करके चल बी वाहवा खट लेने गल हो जाती है। चलो जेकर इस पास होर भी सोच है चाहे रब ये एक दिन ये भी दिन दिखावे तो बहुत चंगी गल होगी। तो जेकर हम ये चलो आम बंदे जेड़े ज परदेसी आ वो तो चलो ये खरीद भी सकते इतनी कोई वड्डी गल नहीं हैगी तो हम इसकी चलो जब तक नहीं मुफ्त उपलब्ध हों तद तक विकास की गल कर रही इसे प्रोग्राम नू होर बढ़ाया मेरे ख्याल में इसनों होर बढ़ाया जाना चाहिए ते भाव जिमें कि हम रिश्तेदारी भी मैं भी सोचा सी जिमें रिश्तेदारियां दा पंजाबी सभ्याचार बहुत अमीर है तो जिमें बाकी बाकियां च तां अंकल आंटी हुंदा ते इहदे विच बहुत सारे रिश्तियां दा नाम दिते गए हैं। पंजाबी सभ्याचार बचाउण नूं भी सांभ संभाल लई भी तकनीक की वरतों चाहिए है कहिण तों भाव एक रिश्तेदारी सुविधा भी जिमें जेकर किसी के दिमाग च आवे जां बच्चियां नूं दसना होए भी मेरे पिता की भैन दे पति मेरे की लगे तो वह कंप्यूटर च पाउण ता झटपट इस तरह का प्रोग्राम अपने आप दस दे की रिश्ता लगता है जां किवें इस तरह का जां मेरे हिसाब ना शब्द कोश जिवें तुसीं भी पहला अज तो काफ़ी चिर 7 साल पहला Punjabi.com ते लेख लिखिया सीगा शब्द कोश होर बनाए जाने चाहिए जिवें कि रलदे मिलदे शब्द क्योंकि मैं लेख लिखदा मेरी कोशिश यह होंगी है कि इको एक शब्द इको बार ही आवे लेख दे विच मुड़ मुड़ के हाँ जी ताकि पाठक नूं वह चीज़ देईए कि पाठक बोर ना हो भी इको शब्द बार बार वरतना पाठक बोर हो सकता जिवें कि उदाहरण लैने रलवे मिलवे शब्द गौरतलब है ये फलानी चीज या फिर दोबारा फिर जेकर लोड़ पवे ध्यान देन योग है या जिक्र योग है इस तरह का रलदे मिलते शब्द। तो इस तो इलावा मैं देखा भी मैनू लोड़ है जो मैं अपनी गल कह लिया जब मैं अपनी मंग कह लवान विरोधी शब्द शब्द कोश भी होना चाहिए जिमें आसरा निर आसरा हूँ पता लगना चाहिए भी मैं आ शब्द चाहिए ये इतने फिर इंग्लिश शब्द कोश या इंग्लिश पंजाबी शब्द कोश तो विरोधी शब्द कोश का कोई जोड़ करना चाहिए भाव रिपोर्ट शब्द या जिम इंग्लिश का अक्षर पाया इस तरह का कुछ संभव है ज इस होर काम चल रहा है इस पास शब्द का भंडार इकट्ठा
ਕਰਕੇ ਜ਼ਰੂਰ ਮਾਉਣਾ ਚਾਹੀਦਾ ਹੈਗਾ। ਪਰ ਮੈਂ ਪਿਛਲੇ ਮੇਰੇ ਖਿਆਲ 10 ਸਾਲਾਂ ਤੋਂ ਤਾਂ ਮੈਨੂੰ ਕਹਿੰਦੇ ਨੂੰ ਹੋਇਆ ਪਰ ਹਲੇ ਇਸ ਦਿਸ਼ਾ 'ਚ ਕੋਈ ਕੰਮ ਨਹੀਂ ਚੱਕਿਆ ਜਾ ਰਿਹਾ। ਤੇ ਇਨਫੈਕਟ ਇਹ ਪੰਜਾਬੀ ਦੀ ਜਾਂ ਕਿਸੇ ਭਾਸ਼ਾ ਦੇ ਵਿਕਾਸ ਲਈ ਆਹ ਜਿਹੜੇ ਰਿਸੋਰਸਿਸ ਹੈ ਨਾ ਇਹ ਬਹੁਤ ਜ਼ਰੂਰੀ ਹੈ। ਇੱਕ ਤਾਂ ਜਿੱਦਾਂ ਥਸਾਰਸ ਹੋ ਗਿਆ, ਤੁਹਾਡੀ ਡਿਕਸ਼ਨਰੀਜ਼ ਹੋ ਗਈਆਂ, ਬਹੁਤ ਪਾਵਰਫੁਲ ਡਿਕਸ਼ਨਰੀ ਚਾਹੀਦੀਆਂ। ਅਸੀਂ ਉਹ ਡਿਕਸ਼ਨਰੀ ਨੂੰ ਵੀ ਦੇਖਦੇ ਹਾਂ ਨਾ, ਇਵਨ ਹੁਣ ਵੀ ਜਿਹੜੀ ਬਣੀਆਂ ਹੋਈਆਂ ਉਹਨਾਂ 'ਚ ਵੀ ਬਹੁਤ ਸ਼ਬਦ ਮਿਸਿੰਗ ਹੈਗੇ ਆ। ਹਾਂਜੀ, ਈਵਨ ਕੋਈ ਬਹੁਤ ਬਹੁਤ ਚੰਗੇ ਲੈਵਲ ਦੇ ਪੰਜਾਬੀ ਤੋਂ ਪੰਜਾਬੀ ਡਿਕਸ਼ਨਰੀ ਵੀ ਮੈਨੂੰ ਨਹੀਂ ਕੋਈ ਨਜ਼ਰ ਆਈ। ਹਾਂਜੀ, ਮਤਲਬ ਇੱਕ ਹੋਰ ਸ਼ਬਦ ਕੋਸ਼ ਬਣਾਇਆ ਜਾਂਦਾ ਠੇਠ ਪੰਜਾਬੀ ਸ਼ਬਦ, ਜਿਵੇਂ ਮਤਲਬ ਪੰਜਾਬੀ ਬੋਲੀ ਤਾਂ ਬਹੁਤ ਅਮੀਰ ਹੈ, ਇੱਥੇ ਹਰੇਕ ਵਿਸ਼ੇ ਦੇ ਸ਼ਬਦ ਕੋਸ਼ ਬਣਾਇਆ ਜਾ ਵੀ ਤੁਸੀਂ ਆਹ ਸ਼ਬਦ ਕੋਈ ਹੁਣ ਮੈਨੂੰ ਖੜੇ ਪੈਰ ਉਦਾਹਰਨ ਨਹੀਂ ਮਿਲਦੀ ਆਹ ਸ਼ਬਦ ਠੇਠ ਪੰਜਾਬੀ ਚ ਕੀ ਕਹਿੰਦੇ ਆ, ਮਤਲਬ ਇਸ ਤਰ੍ਹਾਂ ਦਾ ਕਿਹਾ ਜਾ ਬਣਾਇਆ। ਇਸ ਤਰ੍ਹਾਂ ਨੋਟਸ ਕੀਤੇ ਸੀ। ਹਾਂਜੀ, ਤੁਸੀਂ ਦੱਸੋ। ਹਾਂਜੀ, ਅਸੀਂ ਬੇਸਿਕਲੀ ਪਹਿਲਾਂ ਤਾਂ ਅਸੀਂ ਖੋਜ ਸ਼ੁਰੂ ਕੀਤੀ ਸੀ ਕਿਉਂਕਿ ਸਾਨੂੰ ਇਹ ਚਾਹੀਦਾ ਪੰਜਾਬੀ ਤੋਂ ਅੰਗਰੇਜ਼ੀ ਦਾ, ਕਿਉਂਕਿ ਅਸੀਂ ਅੰਗਰੇਜ਼ੀ ਸਿਖਾ ਰਹੇ ਹੈਗੇ ਨਾ, ਪੰਜਾਬੀ ਤੋਂ ਅੰਗਰੇਜ਼ੀ ਦਾ ਕੋਈ ਇਸ ਤਰ੍ਹਾਂ ਦਾ ਹੋਵੇ। ਹਾਂਜੀ, ਪਰ ਬੜੀ ਹੈਰਾਨੀ ਦੀ ਗੱਲ ਹੈ ਵੀ ਸਾਨੂੰ ਸਾਰੀ ਖੋਜ ਤੋਂ ਬਾਅਦ ਸਿਰਫ ਇੱਕ ਜਗ੍ਹਾ ਸਾਰਾ ਕੁਛ। ਮੈਂ ਜਦੋਂ ਵੀਡੀਓ ਬਣਾਉਣੀ ਸੀਗੀ ਅੱਖਰ ਵੀਡੀਓ ਦੀ ਤਾਂ ਉਦੋਂ ਮੈਂ ਦੱਸਣਾ ਸੀ, ਫਿਲਹਾਲ ਮੈਂ ਕਿਹਾ ਚਲੋ ਦੋ ਉਦਾਹਰਨਾਂ ਠੀਕ ਆ, ਫਿਰ ਮੈਂ ਹੋਰ ਨੀ ਜ਼ਿਆਦਾ ਦੱਸਿਆ ਨਾ। ਤਾਂ ਅਖਾਣਾ ਦੇ ਮੁਹਾਵਰਿਆਂ ਦੀ ਤੁਸੀਂ ਗੱਲ ਕਰ। ਹਾਂਜੀ ਹਾਂਜੀ ਹਾਂਜੀ, ਇਹ ਬੇਸਿਕਲ ਅਖਾਣ ਦੇ ਮੁਹਾਵਰੇ ਦੇ ਉੱਪਰ ਹੁਣ ਸਾਡਾ ਕੰਮ ਚੱਲ ਰਿਹਾ, ਪਰ ਅਸੀਂ ਅੱਖਰ ਚ ਨੀ ਪਾਵਾਂਗੇ ਉਸ ਨਾਲ। ਆਪਣੇ ਜਿਹੜੇ ਪੰਜਾਬੀ ਸਿਖਾਉਣ ਦੀ ਵੈਬਸਾਈਟ ਹੈ, ਹਾਂਜੀ, ਜਿਹੜੀ ਆਨਲਾਈਨ ਅਵੇਲੇਬਲ ਹੈ, ਉਹਦੇ ਵਿੱਚ ਅਸੀਂ ਪਾ ਰਹੇ ਹੈਗੇ ਆ। ਹਾਂਜੀ, ਜਿੱਦਾਂ ਮੈਂ ਦੱਸ ਰਿਹਾ ਸੀ ਵੀ ਸਾਨੂੰ ਐਸ ਸੱਚ ਕਿਸੇ ਨੇ ਵੀ ਕੋਈ ਬਹੁਤ ਅੱਛੇ ਰੂਪ ਵਿੱਚ ਇੱਦਾਂ ਦੀ ਕੋਈ ਕਿਤਾਬ ਜਾਂ ਕੋਈ ਸਾਨੂੰ ਸੋਰਸ ਮਿਲਿਆ ਨੀ ਸੀਗਾ, ਪਰ ਹੁਣ ਅਸੀਂ ਇੱਕ ਦੋ ਆਪਣੇ ਜਿਹੜੇ ਮਿੱਤਰ ਹੈਗੇ ਆ ਉੱਥੇ ਯੂਨੀਵਰਸਿਟੀ ਦੇ ਵਿੱਚ ਹੀ, ਉਹਨਾਂ ਨਾਲ ਮਿਲ ਕੇ ਹੁਣ ਤਿਆਰ ਕਰਵਾ ਰਹੇ ਹੈਗੇ ਆ ਡੇਟਾਬੇਸ ਤੇ ਅਰਾਊਂਡ 8-9 ਹਜ਼ਾਰ ਅਸੀਂ ਇੱਦਾਂ ਤਿਆਰ ਕਰਨੀ ਹੈਗੇ ਆ, ਜਿਹਨਾਂ ਨੂੰ ਕਿ ਅਸੀਂ ਬੋਧ ਕੇ ਵੀ ਤੇ ਉਹਨਾਂ ਦੇ ਮੀਨਿੰਗ ਵੀ ਤੇ ਉਹਨੂੰ ਗੁਰਮੁਖੀ, ਸ਼ਾਹਮੁਖੀ ਤੇ ਅੰਗਰੇਜ਼ੀ ਤਿੰਨਾਂ ਵਿੱਚ ਹੀ ਪ੍ਰੈਜੈਂਟ ਕਰਾਂਗੇ। ਹਾਂਜੀ, ਮੈਂ ਮੇਤੋਂ ਵੀ ਇੱਕ ਹੈਗੀ ਕਿਤਾਬ ਮੈਂ ਵੀ ਇਹ ਖਰੀਦੀ ਸੀ ਇਸ ਵਿਸ਼ੇ, ਜਿੱਦਾਂ ਮੈਂ ਤਾਂ ਫਿਰ ਉਸ ਟਾਈਮ ਜਿੱਦਾਂ ਮੁਹਾਵਰਾ ਤੇ ਅਖਾਣ ਖੋਜ ਤੁਹਾਡੇ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤਾਰਨ ਸਿੰਘ MA PhD ਦਰਸ਼ਨ ਸਿੰਘ ਅਵਾਰਾ ਦੀ ਕਿਤਾਬ ਮੇਰੇ ਕੋਲ ਇੱਕ ਹੈਗੀ ਆ 1985। ਅਸੋ ਤੁਸੀਂ ਅੰਗਰੇਜ਼ੀ ਦੀ ਗੱਲ ਕਰਦੇ, ਇਹ ਤਾਂ ਸਿਰਫ ਪੰਜਾਬੀ ਆ ਇਕੱਲੀ, ਜਿੱਦਾਂ ਅਖਾਣਾਂ ਤੇ ਮੁਹਾਵਰਾ ਦੀ ਜਿੱਦਾਂ ਉਹ ਨੀ ਅੰਗਰੇਜ਼ੀ ਵਾਲੀ ਨੀ। ਹਾਂਜੀ, ਤੁਸੀਂ ਅੰਗਰੇਜ਼ੀ ਵਾਲੀ ਦੀ ਗੱਲ ਕਰਦੇ ਸੀ ਹਨਾ। ਪੰਜਾਬੀਆਂ ਨੂੰ ਜਾਗਰੂਕ ਕਰਨ ਦੀ ਗੱਲ ਕਰਦੇ, ਕਹਿਣ ਤੋਂ ਭਾਵ ਜਿੱਦਾਂ ਹੁਣ ਮੈਨੂੰ ਵੀ ਇਹ ਅਖਾਣਾਂ ਤੇ ਮੁਹਾਵਰੇ ਇਹ ਫਿਰ ਉਹੀ ਗੱਲ ਆ ਜਾਂਦੀ ਆ ਵੀ ਲੇਖ ਲਈ ਵੀ ਇੱਕ ਲੇਖ ਵਧੀਆ ਲੇਖ ਜਾਂ ਪਾਠਕ ਨੂੰ ਪੜ੍ਹਨ ਲਈ ਉਹ ਦੇ ਰਹੀ ਹੈ ਜਿਹਦੇ ਵਿੱਚ ਜਾਂ ਸੰਪੂਰਨ ਲੇਖ ਉਦੋਂ ਹੀ ਬਣਦਾ ਹੈ ਜਿਸ ਵਿੱਚ ਉਹ ਅਖਾਣਾ ਜਾਂ ਮੁਹਾਵਰੇ ਵੀ ਵਰਤੇ ਜਾਣ, ਉਸ ਨਾਲ ਫਿਰ ਪਾਠਕ ਦੀ ਵੀ ਰੁਚੀ ਬਣਦੀ ਆ। ਇਸ ਕਰਕੇ ਉਹ ਅਖਾਣਾ ਕਈ ਵਾਰ ਸਿਰਫ ਅਖਾਣ ਚੋਂ ਜਾਂ ਮੁਹਾਵਰੇ ਚੋਂ ਇੱਕ ਅੱਖਰ ਬੰਦੇ ਨੂੰ ਚੇਤਾ ਹੁੰਦਾ ਜਾਂ ਇੱਕ ਵਾਕ ਚੇਤਾ ਹੁੰਦਾ, ਦੂਸਰੇ ਨੂੰ ਭੁੱਲ ਜਾਂਦਾ ਕਈ ਮੇਰੇ ਨਾਲ ਇੱਥੇ ਹੁੰਦਾ। ਤੇ ਇਸ ਤਰ੍ਹਾਂ ਫਿਰ ਅੱਖਰ ਪ੍ਰੋਗਰਾਮ 'ਚ ਜੇਕਰ ਇਸ ਤਰ੍ਹਾਂ ਦੀ ਸਹੂਲਤ ਹੋਵੇ ਤਾਂ ਬੰਦਾ ਅੱਧਾ ਵਾਕ ਅੱਧਾ ਮੁਹਾਵਰਾ ਜਾਂ ਅਖਾਣ ਲਿਖ ਕੇ ਫਿਰ ਉਹ ਪੂਰਾ ਪਤਾ ਕਰ ਸਕਦਾ ਜਾਂ ਕਿਵੇਂ ਲਿਖਦੇ ਆ ਜਾਂ ਕਿਵੇਂ ਲਿਖਦੇ ਆ। ਆਪਣੀ ਵੈਬਸਾਈਟ ਤੇ ਇਸ ਦਾ ਤੇ ਮੈਂ ਉਹ ਇਸ ਪਾਸੇ ਲਿਖਿਆ, ਮੈਂ ਨੋਟ ਕੀਤੇ ਹੋਏ ਸੀਗੇ। ਪਰ ਮੈਨੂੰ ਚਲੋ ਹੁਣ ਗੱਲ ਕਰਦੇ, ਪਰ ਮੈਂ ਹੈਰਾਨਗੀ ਦੀ ਬਹੁਤ ਹੋਈ ਮੈਨੂੰ, ਉਹ ਸਿਰਫ ਜੱਟ ਵਿਰੋਧੀ ਅਖਾਣਾ ਹੀ ਬਣਾਏ ਗਏ, ਇੱਕ ਤਰ੍ਹਾਂ ਦਾ ਖਲੈਕ ਜਾਂ ਮੂਡ ਜ਼ਿਆਦਾ ਹੈਰਾਨ ਰਹਿ ਗਿਆ ਸਾਰੇ। ਜਾਂ ਤਾਂ ਜੱਟ ਵਿਰੋਧੀ ਸੀ ਜਾਂ ਜੱਟ ਨੂੰ ਬਹੁਤਾ ਸਮਝਦਾਰ ਨਹੀਂ ਦਿਖਾਇਆ ਗਿਆ, ਤਾਂ ਵਿੱਚੋਂ ਫਿਰ ਵੀ ਥੋੜੇ ਜਿਹੇ ਚੁਣੇ ਸੀਗੇ ਮੈਂ, ਚੁਣੇ ਹੋਏ ਆ ਜਿਹੜੇ ਠੀਕ ਠਾਕ। ਹਾਂਜੀ, ਤੇ ਜਿੱਦਾਂ ਹੁਣ ਗੱਲ ਚੱਲਦੀ ਸੀ ਜਿਵੇਂ ਪ੍ਰੋਜੈਕਟਾਂ ਦੀ ਜੇ ਗੱਲ ਕਰੀਏ, ਜਿਵੇਂ ਤੁਸੀਂ ਦੱਸਿਆ ਵੀ ਆਹ ਖੋਜ ਕਰਨੀ, ਜਿੱਦਾਂ ਹੁਣ ਵਿਸ਼ਾ ਲਓ ਵੀ ਇਹ ਤੁਸੀਂ ਵਿਦਿਆਰਥੀਆਂ ਨੂੰ ਨੀ ਇਸ ਪਾਸੇ ਵਿਦਿਆਰਥੀਆਂ ਨੂੰ ਨੀ ਇਹ ਪ੍ਰੋਜੈਕਟ ਦੇ ਸਕਦੇ ਵੀ ਜਿਵੇਂ ਵਿਦਿਆਰਥੀਆਂ ਨੂੰ ਕਿਹਾ ਜਾਵੇ ਵੀ ਸਾਰੇ ਅਖਾਣ ਜਾਂ ਮੁਹਾਵਰੇ ਇਕੱਠੇ ਕਰੋ, ਜਾਂ ਜਿਵੇਂ ਹੁਣ ਫੋਂਟ ਟੈਸਟ ਕਰਨ ਦੀ ਗੱਲ ਸੀ ਉਹਨਾਂ ਨੂੰ ਕਿਹਾ ਜਾਂਦਾ ਵੀ ਅਜਿਹੇ ਵਾਕ ਜਾਂ ਦੋ ਤਿੰਨ ਵਾਕ ਦੀ ਖੋਜ ਕਰੋ ਜਿਹ 'ਚ ਸਾਰੇ ਗੁਰਮੁਖੀ ਦੇ ਲਗਾ ਮਾਤਰਾ ਆ ਜਾਵੇ, ਜਾਂ ਹੋਰ ਜਿਹੜੇ ਤੁਹਾਡੇ ਜਿਵੇਂ ਪ੍ਰੋਜੈਕਟ ਹੈਗੇ ਇਸ ਤਰ੍ਹਾਂ ਦਾ ਯੂਨੀਵਰਸਿਟੀਆਂ 'ਚ।
ਕਾਫੀ ਮੇਰੇ ਜਿਹੜੇ ਪ੍ਰੋਜੈਕਟ ਉਹਨਾਂ ਚ ਵਿਦਿਆਰਥੀ ਹੈਗੇ ਸ਼ਾਮਿਲ. ਇਨਫੈਕਟ ਮੇਰੇ ਤਾਂ ਤੁਹਾਨੂੰ ਦੱਸਣਾ ਚਾਹਣਾ ਵੀ ਮੇਰੇ ਅੰਦਰ ਜਿੰਨੇ ਵੀ ਸਟੂਡੈਂਟਸ ਨੇ PhD ਕੀਤੀ ਹੈ ਉਹ ਹਰ PhD ਕੈਦਰ ਦੀ ਹੈ ਵੀ ਜਿਹਦੇ ਵਿੱਚੋਂ ਕੁਛ ਨਾ ਕੁਛ ਪੰਜਾਬੀ ਦੇ ਰਿਲੇਟਡ ਕੰਮ ਹੋਇਆ, ਹਾਲਾਂਕਿ ਹੈ ਤਾਂ ਕੰਪਿਊਟਰ ਸਾਇੰਸ ਵਿੱਚ ਹੀ. ਜਿਵੇਂ ਕਿ ਮਿਸਾਲ ਦੇ ਤੌਰ ਤੇ ਦੋ PhD ਜਿਹੜੇ ਪਿੱਛੇ ਹੋਈਆਂ, ਇੱਕ ਤਾਂ ਸੀਗੀ ਪੰਜਾਬੀ ਨੂੰ ਹਿੰਦੀ ਵਿੱਚ ਮਸ਼ੀਨ ਟ੍ਰਾਂਸਲੇਸ਼ਨ ਕਰਨੀ, ਹਾਂਜੀ, ਤੇ ਇਸੇ ਤਰ੍ਹਾਂ ਹਿੰਦੀ ਨੂੰ ਪੰਜਾਬੀ ਚ ਮਸ਼ੀਨ ਟ੍ਰਾਂਸਲੇਸ਼ਨ ਕਰਨੀ ਹੈ. ਦੋਨੋਂ PhD ਦੇ ਕੰਮ ਸੀ ਮੇਰੇ ਦੋ ਸਟੂਡੈਂਟਸ ਦੇ. ਉਹਦੇ ਨਾਲ ਦੀ ਨਾਲ ਇੱਕ ਪ੍ਰੋਡਕਟ ਵੀ ਨਿਕਲੇ ਜਿਹੜੇ ਕਿ ਸਾਡੇ ਵੈਬਸਾਈਟ ਦੇ ਉੱਪਰ ਅਵੇਲੇਬਲ ਹੈਗੇ ਆ. ਹਾਂਜੀ ਹਾਂਜੀ ਨਹੀਂ ਠੀਕ ਹੈ. ਇਸ ਤਰ੍ਹਾਂ ਜਿੰਨੇ PhD ਦੇ ਸਟੂਡੈਂਟਸ ਸੀਗੇ ਉਹ ਸਾਰੇ ਇੱਦਾਂ ਦੇ ਕੰਮ ਕਰ ਰਹੇ ਵੀ ਜਿਹਦੇ ਵਿੱਚ ਉਹਨਾਂ ਦੀ PhD ਦੇ ਇਲਾਵਾ ਕੁਛ ਨਾ ਕੁਛ ਪ੍ਰੋਡਕਟ ਨਿਕਲੇ ਜਿਹੜਾ ਕਿ ਆਮ ਪੰਜਾਬੀ ਦੇ ਵਰਤੋਂ ਕਰਦੇ ਕੰਮ ਆ ਸਕੇ. ਇਸੇ ਤਰ੍ਹਾਂ ਇੱਕ PhD ਸਟੂਡੈਂਟ ਕਰ ਰਿਹਾ ਜਿਹਦੇ ਵਿੱਚ ਕਿ ਉਹ ਪੰਜਾਬੀ ਚ ਕੁਛ ਵੀ ਟਾਈਪ ਕਰੇਗਾ ਤੇ ਉਹ ਕੰਪਿਊਟਰ ਨੂੰ ਬੋਲ ਕੇ ਦੱਸੇਗਾ. ਹਾਂਜੀ ਨਾ ਹਾਂਜੀ ਸੁਣ ਕੇ ਬਹੁਤ ਖੁਸ਼ੀ ਹੋਈ. ਫਿਰ ਕੋਈ ਵੱਡਾ ਪ੍ਰੋਜੈਕਟ ਹੁੰਦਾ ਤਾਂ ਨਾਲ ਹੋਰ ਬਾਕੀਆਂ ਨੂੰ ਵੀ ਸਿਰਫ ਇੱਕ ਤੇ ਹੀ ਜ਼ਿੰਮੇਵਾਰੀ ਨਹੀਂ ਬਣਦੀ. ਤੇ ਹੁਣ ਵੱਧਦੇ ਆ ਅਗਲੇ ਸਵਾਲ ਵੱਲ. ਬਈ ਹੁਣ ਫੇਸਬੁੱਕ ਤੇ ਵੀ ਬਹੁਤਿਆਂ ਨੇ ਸਟੇਟਸ ਵਿੱਚ ਬਹੁਤਿਆਂ ਨੇ ਲਿਖਿਆ ਹੁੰਦਾ ਵੀ ਪੰਜਾਬੀ ਮਾਂ ਬੋਲੀ ਰੋਣ ਲੱਗ ਪਈ, ਕੁਲਾਉਣ ਲੱਗ ਪਈ ਜੀ, ਮਾਂ ਬੋਲੀ ਨੂੰ ਬਚਾਓ. ਤੇ ਪੜ੍ਹਿਆ ਸੁਣਿਆ ਵੀ ਜਾਂਦਾ ਹੈ ਕਿ ਸਦੀ ਦੇ ਅੰਤ ਤੱਕ ਪੰਜਾਬੀ ਖਤਮ ਹੋ ਜਾਣੀ ਹੈ. ਵੀ ਤੁਹਾਡੇ ਕੀ ਇਸ ਵਿਚਾਰ ਹਨ ਇਸ ਸੰਬੰਧ ਵਿੱਚ, ਵੀ ਦੁਨੀਆ ਪੱਧਰ ਤੇ ਪੰਜਾਬੀ ਬੋਲੀ ਕਿੱਥੇ ਕੁ ਖੜੀ ਹੈ, ਮਤਲਬ ਤੁਸੀਂ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ? ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹਨ. ਇੱਕ ਤਾਂ ਜਿਹੜਾ ਫੈਕਟ ਹੈ ਵੀ ਜਦੋਂ ਪੰਜਾਬੀ ਜਿਹੜੇ ਸਪੋਰਟਿੰਗ ਬਹੁਤ ਸਾਲਾਂ ਤੋਂ ਇੱਕ ਦੇਸ਼ ਚਲੇ ਜਾਣ ਤੇ ਰਹਿਣ ਲੱਗ ਜਾਣ ਤੇ ਇੱਕ ਨੂੰ ਟਿੱਕੀ ਪੀੜੀਆਂ ਤੱਕ ਜਦੋਂ ਪੰਜਾਬੀ ਚੱਲਦੀ ਰਹੇਗੀ, ਬਟ ਜਿਵੇਂ ਜਿਵੇਂ ਅਗਲੀ ਪੀੜੀਆਂ ਤੇ ਜਾਂਦੇ ਜਾਈਏ ਤੇ ਪੰਜਾਬੀ ਦੀ ਬਾਕੀ ਵਰਤੋਂ ਘਟੇਗੀ. ਅਸੀਂ ਭਾਵੇਂ UK ਦੇਖ ਲਈਏ, ਮਲੇਸ਼ੀਆ ਦੇਖ ਲਓ, ਸਿੰਗਾਪੁਰ ਦੇਖ ਲਓ, ਜਾਂ ਫਿਰ ਜਿੱਦਾਂ ਵੈਸਟ ਇੰਡੀਜ਼ ਦੇਖ ਲਈਏ, ਉੱਥੇ ਦੇਖੀਏ ਵੀ ਉੱਥੇ ਜਿਹੜੇ ਪੁਰਾਣੇ ਇੰਡੀਅਨ ਗਏ ਸੀਗੇ ਕਿੰਨੇ ਕੋਲ ਹਿੰਦੀ ਬੋਲ ਰਹੇ ਹੈਗੇ ਆ. ਉਹ ਇੱਕ ਤਰ੍ਹਾਂ ਉਸ ਕਲਚਰ ਨਾਲ ਜਦੋਂ ਮਿਲ ਜਾਊਗੇ ਤੇ ਫਿਰ ਈਵਨ ਮੇਰੇ ਤੇ ਬੜੇ ਚੰਗੇ ਮਿੱਤਰ ਵੀ ਹੈਗੇ ਜਿਹੜੇ ਚਾਹੁੰਦੇ ਵੀ ਪੰਜਾਬੀ ਬੋਲੀ ਜਾਵੇ. ਉਹ ਆਪਣੇ ਨਿਆਣੇ ਨੂੰ ਜਦ ਤੱਕ ਤੂੰ ਸਕੂਲ ਨਹੀਂ ਜਾਂਦਾ ਤਦ ਤੱਕ ਤਾਂ ਉਹ ਪੰਜਾਬੀ ਚ ਗੱਲ ਕਰਦਾ, ਪਰ ਇੱਕ ਵਾਰੀ ਸਕੂਲ ਚਲੇ ਜਾਏ ਉਸ ਤੋਂ ਬਾਅਦ ਫਿਰ ਉਹ ਪੰਜਾਬੀ ਛੱਡ ਜਾਂਦਾ ਹੈ. ਹਾਂਜੀ ਹਾਂਜੀ, ਉਹਦੇ ਵਿੱਚ ਤਾਂ ਬਹੁਤ ਮੁਸ਼ਕਿਲ ਹੈ ਉਸ ਚੀਜ਼ ਨੂੰ ਕੰਟਰੋਲ ਕਰਨਾ. ਹਾਂਜੀ ਹਾਂਜੀ ਹਾਂਜੀ, ਇਹ ਤਾਂ ਬਾਹਰਲੇ ਕਲਚਰ ਜਾ ਕੇ ਰਹਿਣਾ ਉੱਥੇ ਸੰਭਾਲਣਾ ਥੋੜਾ ਜਿਹਾ ਮੁਸ਼ਕਿਲ ਹੈ. ਪਿੱਛੇ ਕੋਈ ਜ਼ੋਰ ਵੀ ਲਾਉਂਦੇ ਆ ਅਸੀਂ ਰਿਲਾਈਜ਼ ਮੇਰੇ ਕੋਈ ਮਿੱਤਰ ਬੜੇ ਪੰਜਾਬੀ ਪ੍ਰੇਮੀ ਆ, ਉਹਨਾਂ ਦੀ ਕੋਸ਼ਿਸ਼ ਹੈ ਵੀ ਬੱਚਿਆਂ ਨਾਲ ਪੰਜਾਬੀ ਦੀ ਗੱਲ ਵੀ ਕਰੀਏ, ਬੜੀ ਕੋਈ ਬੱਚਾ ਜਦੋਂ ਸਕੂਲ ਚਲੇ ਜਾਂਦਾ ਹੈਗਾ ਉੱਥੇ ਫਿਰ ਉਸ ਜਦੋਂ ਸਾਰਿਆਂ ਨੇ ਅੰਗਰੇਜ਼ੀ ਨਾਲ ਗੱਲ ਕਰਦਾ ਤਾਂ ਘਰ ਵੀ ਆ ਕੇ ਅੰਗਰੇਜ਼ੀ ਚ ਗੱਲ ਕਰਦਾ. ਕੁਛ ਜਿਹੜੇ ਜਿੱਥੇ ਤਾਂ ਦਾਦਾ ਦਾਦੀ ਹੁੰਦੇ ਆ ਜਿੱਥੇ ਉਹਨਾਂ ਨੂੰ ਮਜਬੂਰੀ ਪੰਜਾਬੀ ਚ ਗੱਲ ਕਰਨੀ ਪੈਂਦੀ ਆ ਤਾਂ ਫਿਰ ਵੀ ਹੋ ਜਾਂਦੀ ਆ, ਬਟ ਜਦੋਂ ਅਗਲੀ ਪੀੜੀਆਂ ਚ ਦਾਦਾ ਆਈ ਜਾਂਦੇ ਜਿੱਥੇ ਪੇਰੈਂਟਸ ਵੀ ਸਿਰਫ ਪੰਜਾਬੀ ਬੋਲਣ ਵਾਲੇ ਆ ਉੱਥੇ ਪੰਜਾਬੀ ਬੱਚੇ ਛੱਡਦੇ ਜਾ ਰਹੇ ਹੈਗੇ. ਤੇ ਇਹ ਤਾਂ ਚਲੋ ਗੱਲ ਹੋ ਗਈ ਵਿਦੇਸ਼ਾਂ ਦੀ, ਪਰ ਦੂਜੀ ਜਿਹੜੀ ਥੋੜੀ ਦੁੱਖ ਹੁੰਦਾ ਉਹ ਹੈ ਵੀ ਈਵਨ ਪੰਜਾਬ ਦੇ ਵਿੱਚ ਵੀ ਹਾਂਜੀ ਉੱਥੇ ਹੁਣ ਪੰਜਾਬੀ ਛੱਡ ਕੇ ਹਿੰਦੀ ਵੱਲ ਤੁਰੀ ਜਾਂਦੇ ਆ. ਹਾਂਜੀ ਹਾਂਜੀ, ਇਹ ਮੈਨੂੰ ਇੱਕ ਬਹੁਤ ਹੀ ਦੁੱਖ ਵਾਲੀ ਗੱਲ ਲੱਗਦੀ ਆ. ਹਾਂਜੀ, ਮੈਂ ਸੁਣਦਾ ਵੀ ਉੱਥੇ ਜਿਹੜੇ ਪਬਲਿਕ ਸਕੂਲ ਆ ਹਾਂਜੀ 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 ਉਹਨਾਂ ਨੇ ਸਕੂਲ ਵਿੱਚ ਐਲਾਨ ਕਰ ਦਿੱਤਾ ਹੋਇਆ ਵੀ ਇੱਥੇ ਬੱਚਾ ਜਾਂ ਅੰਗਰੇਜ਼ੀ ਬੋਲੂ ਜਾਂ ਹਿੰਦੀ, ਜੁਰਮਾਨਾ ਲਾਉਂਦੇ. ਹਾਂਜੀ, ਜੁਰਮਾਨਾ ਕਰ ਦਿੰਦੇ ਆ. ਹਾਂਜੀ, ਖਬਰਾਂ ਚ ਲੱਗਦੀਆਂ ਰਹਿੰਦੀਆਂ ਵੀ ਕਿਤੇ ਜੁਰਮਾਨਾ ਕਰ ਦਿੱਤਾ ਜਾਵੇਗਾ ਜੇ ਪੰਜਾਬੀ ਚ ਆਪਸ ਚ ਗੱਲ ਕਰ. ਮੇਰਾ ਖੁਦ ਇੱਕ ਰਿਸ਼ਤੇਦਾਰ ਆ ਜਿਹੜੇ ਮੇਰੇ ਪੰਜਾਬੀ ਪ੍ਰੇਮੀ ਆ, ਉਹਨਾਂ ਦੇ ਘਰ ਤੋਂ ਪੈਸੇ ਖੈਰ ਪੰਜਾਬੀ ਬੋਲਦੇ ਸੀਗੇ ਤੇ ਇੱਕ ਵਾਰੀ ਮੈਂ ਉਹਨਾਂ ਨੂੰ ਮਿਲ ਗਿਆ, ਉਹਨਾਂ ਦੀ 4 ਸਾਲ ਦੀ ਬੇਟੀ ਸੀਗੀ. ਹਾਂਜੀ, ਤੇ ਉਹ ਜਾਣੇ ਹਿੰਦੀ ਚ ਗੱਲ ਕਰ ਰਹੀ ਸੀਗੀ. ਹਾਂਜੀ, ਮੈਂ ਕਿਹਾ ਯਾਰ ਕੀ ਹੋ ਗਿਆ ਉਹਨੂੰ? ਹਾਂਜੀ, ਕਹਿੰਦਾ ਜੀ ਇਹਨੂੰ ਸਕੂਲ ਪਾਇਆ ਸੀਗਾ, ਸਕੂਲ ਚ ਉਹਨਾਂ ਨੇ ਕੰਪਲਸਰੀ ਕਰ ਦਿੱਤਾ ਹੈਗਾ ਵੀ ਇੱਥੇ ਹਿੰਦੀ ਬੋਲਣੀ ਆ, ਸਾਰੇ ਬੱਚੇ ਹਿੰਦੀ ਬੋਲ ਰਹੇ ਆ ਇਸ ਲਈ ਉਹਨੂੰ ਮਜਬੂਰੀ ਹਿੰਦੀ ਬੋਲਣੀ ਪੈ ਰਹੀ. ਹਾਲਾਂਕਿ ਜਿਹੜਾ ਸਕੂਲ ਨੂੰ ਚਲਾਉਣ ਵਾਲੇ ਦਾ ਕਰਤਾ ਧਰਤਾ ਉਹ ਇੱਕ ਸਿੱਖ ਆ. ਹਾਂਜੀ, ਉਹਨਾਂ ਨੇ ਅੱਗੇ ਕੰਪਲਸਰੀ ਕਰ ਦਿੱਤਾ. ਇਹ ਨਾਲ ਮੁਹਾਲੀ ਦੀ ਗੱਲ ਹੈਗੀ ਆ, ਇੱਦਾਂ ਦੀ ਗੱਲਾਂ ਨਾਲ ਸ਼ੁਰੂ ਕਰ ਦੁੱਖ ਉਹਨਾਂ ਦੀ ਏਦਾਂ ਕਿਉਂ ਅਸੀਂ ਜ਼ਬਰਦਸਤੀ ਕਰਦੇ ਹਾਂ. ਇਹ ਤਾਂ ਚਲੋ ਇੱਕ ਪਹਿਲੂ, ਪਰ ਜਿਹੜਾ ਦੂਜਾ ਪਹਿਲੂ ਆ ਜਿਹਦੇ ਨਾਲ ਹਲੇ ਸਾਨੂੰ ਨਹੀਂ ਵੀ ਛੱਡਣੀ ਚਾਹੀਦੀ, ਉਹ ਹੈ ਵੀ ਪੰਜਾਬੀ ਜਿਹੜੇ ਪੰਜਾਬੀ ਗੀਤ ਆ. ਹਾਂਜੀ, ਇਹ ਸਾਰੀ ਦੁਨੀਆਂ ਚ ਇੰਨੇ ਪਾਪੂਲਰ ਹੈਗੇ ਵੀ ਬੜੇ ਲੋਕ ਪੰਜਾਬੀ ਸਿੱਖ ਰਹੇ ਹੈਗੇ ਆ. ਗੀਤ ਕਰਕੇ ਢੋਲ ਕਰਕੇ ਸਿੱਖਣ ਆਉਂਦੇ ਪੰਜਾਬੀ, ਉਹ ਕਹਿੰਦੇ ਕਿ ਸਾਨੂੰ ਇਹਦਾ ਮੂਵੀ ਬੜਾ ਪਸੰਦ ਹੈਗਾ, ਅਸੀਂ ਇਸ ਕਰਕੇ ਪੰਜਾਬੀ ਸਿੱਖਣੀ ਚਾਹੁੰਦੇ ਹੈਗੇ ਆ. ਇੱਕ ਸਾਨੂੰ ਇਹ ਵੀ ਉਮੀਦ ਹੈ ਕਿ ਪੰਜਾਬੀ ਜਦੋਂ ਸੁਣੀ ਦਾ ਵੀ ਪੰਜਾਬੀ ਗਾਣਾ ਜਾਂ ਪੰਜਾਬੀ ਭੰਗੜਾ ਜਾਂ ਪੰਜਾਬੀ ਢੋਲ ਜਾਂ ਇਹਦੇ ਕਰਕੇ ਵੀ ਕਈ ਲੋਕਾਂ ਦਾ ਪੰਜਾਬੀ ਸਿੱਖਣ ਦਾ ਇੰਟਰਸਟ ਬਣ ਰਿਹਾ ਹੈਗਾ,
हाँ जी, नौकरी गल कि पंजाबी संगीत करके जां पंजाबी संगीत पंजाबी मां बोली नूं उच्चा चा करिया कहिण तों बाद पंजाबी गायक मां बोली माए बोली ने, ते जिहड़े हुण पंजाबी गायकां नूं बहाने आने बहाने लभदे रहिंदे आ वी गुरदास मान नूं जां किदां होए, उह तां फिर हुण इत्थे समझदारी वाली गल नहीं कही जा सकदी है ना। वी हुण तां हुण तुसीं उदाहरण देती है वी इह हुण पंजाबी संगीत पंजाबी गायकां दे नाल ही है, ਤਾਂ ਮਤਲਬ ਜੇਕਰ ਪੰਜਾਬੀ ਗਾਇਕ ਨਹੀਂ ਹੋ ਤਾਂ ਪੰਜਾਬੀ ਸੰਗੀਤ ਕਿੱਥੇ ਹੋ? ਹੁਣ ਪੰਜਾਬੀ ਸੰਗੀਤ ਨੂੰ ਕਰਕੇ ਕਾਲੇ ਵੀ ਪੰਜਾਬੀ ਸਿੱਖ ਰਹੇ ਆ, ਤਾਂ ਇਸ ਹਿਸਾਬ ਨਾਲ ਤਾਂ ਚਲੋ ਜੇ ਅਸੀਂ ਭੁੱਲ ਜਾਵਾਂਗੇ ਘੱਟੋ ਘੱਟ ਹੋਰ ਕਾਲੇ ਜਾਂ ਗੋਰੇ ਉਹ ਤਾਂ ਫਿਰ। ਦੂਜੀ ਗੱਲ ਹੋ ਜਾਂਦੀ ਆ ਵੀ ਮਤਲਬ ਸੁਵਿਧਾਵਾਂ ਤਾਂ ਉਪਲਬਧ ਹੋਣ, ਇਹ ਵੀ ਜਿਵੇਂ ਮੰਨ ਲਓ ਵੀ ਜਦੋਂ ਬੱਚਿਆਂ ਦੀ ਗੱਲ ਕਰਦੇ ਹਾਂ ਵੀ ਬੱਚੇ ਚਲੋ ਸਕੂਲ ਨਹੀਂ ਜਾਂਦਾ ਤਾਂ ਉਦੋਂ ਪੰਜਾਬੀ ਬੋਲ, ਜਾਂ ਸਕੂਲ ਜਾਣ ਲੱਗ ਪੈਂਦਾ ਤਾਂ ਉਦੋਂ ਹਿੰਦੀ ਬੋਲਣ ਲੱਗ ਪੈਂਦਾ, ਜਾਂ ਥੋੜ੍ਹੇ ਜਿਹੇ ਹੋਰ ਵੱਡੇ ਹੋ ਜਾਂਦੇ ਬਿਲਕੁਲ ਪੰਜਾਬੀ ਬੋਲ, ਫਿਰ ਇੱਕ ਦਿਨ ਜਦੋਂ ਉਹਨੂੰ ਸਮਝ ਆ ਜਾਂਦੀ ਹੈ ਕਿ ਮੈਂ ਹੁਣ ਪੰਜਾਬੀ ਸਿੱਖਣੀ ਆ, ਕੰਪਿਊਟਰ ਮੇਰੇ ਬੈਠਾ ਜਾਂ ਇੰਟਰਨੈਟ ਮੇਰੇ ਬੈਠਾ, ਤਾਂ ਘੱਟੋ ਘੱਟ ਉਹ ਇੱਕ ਕਲਿੱਕ ਨਾਲ ਉਹਨੂੰ ਉਹ ਸਾਰੀਆਂ ਸੁਵਿਧਾਵਾਂ ਉਪਲਬਧ ਤਾਂ ਹੋਣ ਵੀ ਉਹ ਨਾ ਆਪਣੇ ਆਪ ਬਿਨਾਂ ਕਿਸੇ ਮਦਦ ਨਾਲ ਜਾਂ ਮਾੜਾ ਮੋਟਾ ਕੋਈ ਮਦਦ ਹੋਵੇ ਜਾਂ ਤਕਨੀਕ ਦੇ ਸਹਾਰੇ ਪੰਜਾਬੀ ਸਿੱਖ ਸਕੇ, ਹੈ ਨਾ? ਤਾਂ ਜਿਵੇਂ ਕਿ ਤੁਸੀਂ ਇਹ ਦੱਸਿਆ। ਹਾਂਜੀ ਫਿਰ ਉਹ ਗੱਲ ਆ ਜਾਂਦੀ ਆ ਵੀ ਹੈ ਤਾਂ ਸਾਰਾ ਕੁਝ ਸਭ ਕੁਝ ਹੈ, ਪਰ ਉਹ ਸਾਰਾ ਇੱਕ ਥਾਂ ਇਕੱਠਾ ਜਾਂ ਆਮ ਵਰਤੋਂਕਾਰ ਦੀ ਝਟਪਟ ਪਹੁੰਚ ਤੱਕ ਹੋਣਾ ਚਾਹੀਦਾ, ਹੈ ਨਾ? ਵੀ ਜੇ ਇਹੀ ਇੱਕ ਦੇ ਮਨ ਚ ਹੋਵੇ ਅਗਲਾ ਲਿਖੇ ਸਵਾਲ, ਜਿਵੇਂ ਕਿ ਆਮ ਤੌਰ ਤੇ ਮੈਂ ਸਭ ਕੁਝ ਕੰਪਿਊਟਰ ਤਕਨੀਕ ਇਹ ਫੋਰਮ ਨਾਲ ਹੋਇਆ ਵੀ ਮੈਂ ਮੇਰੇ ਦਿਲ ਚਾਹੁੰਦਾ ਮੈਂ ਪੰਜਾਬੀ ਸਿੱਖਣੀ ਆ, ਉਹ ਝਟਪਟ ਕੋਈ ਹੋਰ ਜਵਾਬ ਦੇ ਦੇ ਵੀ ਆਹ ਵੈਬਸਾਈਟਾਂ ਇੱਥੋਂ ਲਿਖ ਲਵੇ, ਇੱਕ ਮੰਚ ਤੇ ਹੋਵੇ, ਹੈ ਨਾ? ਹੁਣ ਉਹੀ ਗੱਲ ਆਪਣੀ ਪਹਿਲਾਂ ਜਿਵੇਂ ਹੋਈ ਸੀ ਵੀ ਹੈ ਸਭ ਕੁਝ ਹੋਇਆ, ਪਰ ਇਹ ਇੱਕ ਥਾਂ ਇਕੱਠਾ ਜਾਂ ਆਮ ਵਰਤੋਂਕਾਰ ਦੇ ਝਟਪਟ ਪਹੁੰਚ ਵਾਲੇ ਤੱਕ ਨਹੀਂ ਹੈ। ਮਤਲਬ ਜਿਵੇਂ ਹੁਣ ਜੇ ਪੰਜਾਬੀ ਸਿੱਖਣ ਵਾਲੀ ਕਹਿ ਲਓ ਜਾਂ ਫੋਂਟਾਂ ਦਾ ਝਮੇਲੇ ਕਹਿ ਲਓ ਜਾਂ ਕਿਵੇਂ, ਸਵਾਲ ਵੱਲ ਵੱਧਦੇ ਹਾਂ ਵੀ ਤਕਨੀਕੀ ਸੰਬੰਧੀ ਹੁਣ ਦੇਖਿਆ ਜਾਵੇ ਤਾਂ, ਜਾਂ ਲੇਖਕਾਂ ਦਾ ਦੇਖ ਲਓ ਸੁਭਾਅ ਡੰਗ ਟਪਾਓ ਹੀ ਦੇਖਣ ਨੂੰ ਮਿਲਿਆ, ਕਹਿਣ ਤੋਂ ਭਾਵ ਉਹ ਸਮੇਂ ਦੇ ਹਾਣੀ ਬਣਨਾ ਨਹੀਂ ਚਾਹੁੰਦੇ। ਜਿਵੇਂ ਕਿ ਹੁਣ ਲਿਖਣ ਲਈ ਸਭ ਤੋਂ ਪਹਿਲਾਂ ਅਨਮੋਲ ਲਿਪੀ ਆਈ, ਵੀ ਉਹਨਾਂ ਨੇ ਅਨਮੋਲ ਲਿਪੀ ਸਿੱਖ ਲਈ ਵੀ ਉਹ, ਕਿਉਂਕਿ ਇੱਕ ਘੱਟੋ ਘੱਟ ਇੱਕ ਫੋਂਟ ਜ਼ਰੂਰੀ ਸੀ ਜਿਸ ਵਿੱਚ ਫੋਂਟ ਵਿੱਚ ਲਿਖਿਆ ਜਾਵੇ, ਪਰ ਬਾਅਦ ਵਿੱਚ ਜਿਵੇਂ ਕਿ ਸੁਧਾਰ ਹੋਰ ਹੋਇਆ, ਧਨੀ ਰਾਮ ਚਾਤਰਿਕ ਫੋਂਟ ਆਇਆ, ਉਸ ਵਿੱਚ ਜਿਹੜੀ ਪੈਰ ਬਿੰਦੀ ਵਾਲੇ ਅੱਖਰਾਂ ਦੀ ਸੁਵਿਧਾ ਸੀ ਵੀ ਇੱਕੋ ਹੀ ਪੈਰ ਬਿੰਦੀ ਸਾਰੇ ਪੈਰ ਬਿੰਦੀ ਅੱਖਰਾਂ ਵਿੱਚ ਲੱਗ ਜਾਂਦੀ ਸੀ, ਤਾਂ ਚਾਹੀਦਾ ਸੀ ਵੀ ਹੁਣ ਉਸ ਤੋਂ ਅੱਗੇ ਵਿਕਾਸ ਵੱਲ ਆਈਏ ਵੀ ਧਨੀ ਰਾਮ ਚਾਤਰਿਕ ਸਿੱਖ ਲਈਏ, ਪਰ ਉਹ ਅਨਮੋਲ ਪਰ ਪੰਜਾਬੀ ਅਨਮੋਲ ਲਿਪੀ ਦੇ ਰੁਕੇ ਰਹੇ। ਫਿਰ ਧਨੀ ਰਾਮ ਚਾਤਰਿਕ ਤੋਂ ਯੂਨੀਕੋਡ ਆ ਗਈ, ਹੋਰ ਵਿਕਾਸ ਹੋਇਆ ਪੰਜਾਬੀ ਦਾ ਤੀਜਾ ਵਿਕਾਸ, ਤਾਂ ਹੁਣ ਚਾਹੀਦਾ ਸੀਗਾ ਵੀ ਯੂਨੀਕੋਡ ਸਿੱਖ ਲਈਏ, ਪਰ ਉਹ ਫਿਰ ਉੱਥੇ ਅਨਮੋਲ ਲਿਪੀ ਦੇ ਰੁਕੇ ਹੋਏ ਆ, ਪਤਾ ਨਹੀਂ ਫਿਰ ਇਹਨਾਂ ਨੂੰ ਡੰਗ ਟਪਾਊ ਸੋਚ ਹੀ ਕਹਿ ਸਕਦੇ ਹਾਂ। ਹੁਣ ਇਹ ਜਿਵੇਂ ਕਿ ਪਹਿਲਾਂ ਪੰਜਾਬ ਸਰਕਾਰ ਦੀ ਗੱਲ ਹੋਈ ਸੀ ਵੀ ਪੰਜਾਬ ਸਰਕਾਰ ਜਾਂ ਵਿਭਾਗ SGPC ਜਾਂ ਯੂਨੀਵਰਸਿਟੀਆਂ ਵੱਲੋਂ ਇਸ ਤਰ੍ਹਾਂ ਦਾ ਕੀ ਕੋਈ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਜਾਂ ਪੰਜਾਬੀ ਦੀ ਵਿਕਾਸ ਜਾਂ ਉੱਪਰ ਉਠਾਉਣ ਲਈ ਕੋਈ ਕਦਮ ਚੁੱਕੇ ਜਾ ਰਹੇ, ਜਾਂ ਉਹਨਾਂ ਵੱਲ ਇਹ ਸਿਰਫ ਫੋਕੇ ਐਲਾਨ ਹੀ ਕੀਤੇ ਜਾ ਰਹੇ, ਤਾਂ ਇਸ ਬਾਰੇ ਸੰਬੰਧੀ? ਨਹੀਂ, ਇਸ ਬਾਰੇ ਮੈਂ ਇੱਕ ਤੁਹਾਨੂੰ ਉਦਾਹਰਣ ਦੇਣਾ ਚਾਹਾਂਗਾ, ਤੁਹਾਨੂੰ ਧਿਆਨ ਹੋਏਗਾ ਹਾਲ ਤੱਕ ਪੰਜਾਬੀ ਦਾ ਕੋਈ ਸਟੈਂਡਰਡ ਕੀਬੋਰਡ ਨਹੀਂ ਬਣਿਆ, ਕਿਉਂਕਿ ਸਟੈਂਡਰਡ ਹੋਵੇ ਜਿਹਨੂੰ ਕਿ ਮਾਨਤਾ ਪ੍ਰਾਪਤ ਹੋਵੇ ਵੀ ਆਈ ਕੀਬੋਰਡ ਚੱਲਣਾ, ਜਿਵੇਂ ਕਿ ਸਪੋਜ਼ਿੰਗ ਚਾਈਨੀਜ਼ ਦਾ ਹੈਗਾ ਆ, ਤੁਹਾਡੇ ਈਵਨ ਇੰਡੀਆ ਦੇ ਵਿੱਚ ਵੀ ਤਾਮਿਲ ਦਾ ਹੈਗਾ ਆ, ਕੰਨੜ ਦਾ ਹੈਗਾ ਆ, ਜਿਹੜਾ ਕਿ ਸਰਕਾਰ ਵੱਲੋਂ ਬੋਰਡ ਲੱਗੀ ਹੋਵੇ, ਆਹ ਵਾਲਾ ਕੀਬੋਰਡ ਆ। ਹਾਂਜੀ, ਅੱਛਾ, ਉਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕਹਿਣ ਤੋਂ ਭਾਵ ਮੈਂ ਕਿ ਹਾਂਜੀ ਬੇਸਿਕਲੀ ਇੱਕ ਵਾਰੀ ਆਫੀਸ਼ੀਅਲੀ ਹੋਵੇ ਨਾ, ਤਾਂ ਕਿ ਕੱਲ ਨੂੰ ਜਿਹੜੇ ਵੀ ਇੱਕ ਤਾਂ ਆਮ ਬੰਦਾ ਜਾਂ ਕੋਈ ਜਿਹੜਾ ਚਲੋ ਪ੍ਰੇਮੀ ਭਾਸ਼ਾ ਪ੍ਰੇਮੀ ਬਣਾ ਦਿੰਦਾ ਹੈਗਾ, ਹਾਂਜੀ, ਉਹਨੂੰ ਜਦੋਂ ਬਾਕੀ ਉਹਨੂੰ ਮੈਨੂਫੈਕਚਰ ਕਰਨਾ ਹੋਣੇ ਕੀਬੋਰਡ ਨੂੰ, ਹਾਂਜੀ, ਤੇ ਉਹ ਹਰ ਬੰਦਾ ਨਹੀਂ ਕਰੇਗਾ ਨਾ। ਇੱਕ ਵਾਰੀ ਜਦੋਂ ਜਿੱਦਾਂ ਹੁਣ ਤਾਮਿਲਨਾਡੂ ਚ ਉਹਨਾਂ ਨੇ ਕੰਪਲਸਰੀ ਕਰ ਦਿੱਤਾ ਵੀ ਜਿਹੜਾ ਵੀ ਕੀਬੋਰਡ ਆਉਣਾ ਹੈਗਾ, ਹਾਂਜੀ, ਉਹ ਇਹੀ ਕੀਸ ਉਹਦੇ ਪਰ ਇਹੀ ਕੀਸ ਹੋਣੀ ਚਾਹੀਦੀ ਤਾਮਿਲ ਦੀਆਂ, ਇਸੇ ਤਰ੍ਹਾਂ ਕੰਨੜ ਦੀਆਂ ਹੈਗੀਆਂ, ਇਸ ਤਰ੍ਹਾਂ ਦਾ ਕੀਬੋਰਡ ਦੇ ਇੱਕ ਵਾਰੀ ਯਤਨ ਸ਼ੁਰੂ ਹੋਇਆ ਸੀ ਸਰ, ਉਦੋਂ ਮੈਂ ਵੀ ਉਹਦਾ ਮੈਂਬਰ ਸੀਗਾ, 2004 ਦੀ ਗੱਲ ਹੈਗੀ ਆ, ਉੱਥੇ ਫਿਰ ਉੱਥੇ ਗੱਲ ਆ ਕੇ ਆ ਗਈ ਸੀ ਵੀ ਸਟੈਂਡਰਡਾਈਜੇਸ਼ਨ ਦਾ ਇਸ਼ੂ ਦੇ ਉੱਪਰ ਕੋਈ ਮੰਨਿਆ ਨੀ, ਕੋਈ ਕਹਿੰਦਾ ਜਾਂ ਵਾਲਾ ਕੀਬੋਰਡ ਹੋਣਾ ਚਾਹੀਦਾ, ਕੋਈ ਕਹਿੰਦਾ ਆਹ ਵਾਲਾ ਹੋਣਾ ਚਾਹੀਦਾ, ਕੋਈ ਕਹਿੰਦਾ ਸੀ ਵੀ ਥੋੜਾ ਜਿਹੜਾ ਰਮਿੰਟਨ ਹੈ ਉਹਨੂੰ ਸਟੈਂਡਰਡ ਮੰਨੋ, ਕੋਈ ਕਹਿੰਦਾ ਸੀ ਵੀ ਅਨਮੋਲ ਲਿਪੀ ਨੂੰ ਮੰਨੋ ਜਾਂ ਧਨੀ ਰਾਮ ਚਾਤਰਿਕ ਨੂੰ ਮੰਨੋ, ਔਰ ਉੱਥੇ ਬਜਾਏ ਸੀ ਕਿ ਬੰਦਾ ਸਾਰੇ ਮਿਲ ਕੇ ਕੋਈ ਇੱਕ ਤੇ ਫੈਸਲਾ ਕਰ ਲੈਂਦੇ
ਹਾਂ ਜੀ ਆਪਾਂ ਆਪਣੀ ਈਗੋ ਕਰਕੇ ਉਹ ਮਸਲਾ ਉੱਥੇ ਤੋਂ ਉੱਠਿਆ ਜਾ ਰਿਹਾ ਹੈ। ਮੈਂ ਵਰਤੋਂਕਾਰਾਂ ਵੱਲ ਦੇਖਿਆ ਸੀਗਾ ਵੀ ਜਿਵੇਂ ਵਰਤੋਂਕਾਰ ਬਹੁਤੇ ਤਾਂ ਅਨਮੋਲ ਲਿਪੀ ਵਰਤਦੇ, ਜਿਵੇਂ ਕਿ ਦੱਸਿਆ ਵੀ ਹੁਣ ਮੈਂ ਜਿਵੇਂ ਫੇਸਬੁੱਕ ਰਾਹੀਂ ਵਰਤੋਂਕਾਰਾਂ ਦੇ ਪੁੱਛੇ, ਪਰ ਹੁਣ ਤੇ ਇਹ ਅਨਮੋਲ ਲਿਪੀ ਤਾਂ ਮੇਰੀ ਨਜ਼ਰ ਵਿੱਚ ਅਨਮੋਲ ਲਿਪੀ ਤੇ ਧਨੀ ਰਾਮ ਚਾਤੁਰਕ ਦੋ ਹੀ ਫੌਂਟ ਜਿਵੇਂ ਮੋਹਰੀ ਕਹਿ ਸਕਦੇ ਆ ਜਿਹੜੇ ਹੈਗੇ ਆ, ਕਿਉਂਕਿ ਹਾਂਜੀ ਉਹੀ ਗੱਲ ਹੈ ਵੀ ਆਮ ਵਰਤੋਂਕਾਰ ਦੀ ਸੋਚ ਮੁਤਾਬਕ ਚੀਜ਼ ਬਣਨੀ ਚਾਹੀਦੀ ਹੈ ਕਿ ਆਮ ਵਰਤੋਂਕਾਰ ਕਿਸ ਤਰ੍ਹਾਂ ਦਾ ਚਾਹੁੰਦਾ ਹੈ। ਹੁਣ ਮੇਰੇ ਲਈ ਚੀਜ਼ ਬਣੇ ਤਾਂ ਉਹ ਮੇਰੇ ਹਿਸਾਬ ਨਾਲ ਬਣੂਗੀ, ਨਾ ਕਿ ਤੁਸੀਂ ਮੈਨੂੰ ਬਣਾ ਕੇ ਦਿਓ ਕਿ ਮੈਂ ਤੂੰ ਇੱਦਾਂ ਕਰ। ਪੰਜਾਬੀ ਤਾਂ ਅੱਗੇ ਜਿੱਦੀ ਸੁਭਾਅ ਦੇ, ਉਹਨਾਂ ਨੇ ਤਾਂ ਅੱਗੇ ਨੀ ਕਰਨਾ ਹੈਗਾ। ਤੇ ਹੁਣ ਪਹਿਲੀ ਪਸੰਦੀਦਾ ਹੁਣ ਜਿਵੇਂ ਕਿ ਮੈਂ ਦੇਖਿਆ ਵੀ ਅਨਮੋਲ ਲਿਪੀ ਹੈ, ਤਾਂ ਫਿਰ ਉਹਨਾਂ ਨੂੰ ਅਨਮੋਲ ਲਿਪੀ ਨੂੰ ਮਾਨਤਾ ਦੇਣੀ ਚਾਹੀਦੀ। ਇਹ ਤਾਂ ਫਿਰ ਉਹੀ ਗੱਲ ਹੋ ਜਾਂਦੀ ਨਾ ਇੱਕ ਮੰਚ ਦੀ, ਵੀ ਉੱਥੇ ਅੰਕੜੇ ਇਕੱਠੇ ਕੀਤੇ ਜਾਣ, ਉੱਥੇ ਸਵਾਲ ਰੱਖ ਦਿੱਤਾ ਜਾਵੇ ਕਿ ਕਿੱਦਾਂ ਕਰਨੀ ਵੀ ਹੁਣ ਅਨਮੋਲ ਲਿਪੀ ਜਾਂ ਧਨੀ ਰਾਮ ਚਾਤਰਿਕ ਜਾਂ ਰਮਿੰਟਿੰਗ ਜਾਂ ਕਿਸ ਤਰ੍ਹਾਂ, ਤੁਸੀਂ ਆਪਣੀਆਂ ਆਪਣੀਆਂ ਵੋਟਾਂ ਪਾਓ ਜਾਂ ਕਿੱਦਾਂ ਕੀ ਆਪਣੇ ਆਪਣੇ ਵਿਚਾਰ ਦਿਓ। ਜੇਕਰ ਕੋਈ ਨਹੀਂ ਇੱਦਾਂ ਜਿੱਦੀ ਸੁਭਾਅ ਦੇ ਕਰਕੇ ਆਪਾਂ ਆਪਣੀ ਤੇ ਅੜਿਆ ਹੋਇਆ, ਉਹ ਤਾਂ ਫਿਰ ਉੱਥੇ ਮੰਚ ਤੇ ਇਸ ਤਰ੍ਹਾਂ ਕੀਤਾ ਜਾ ਸਕਦਾ ਸਵਾਲ ਜਵਾਬ। ਤੇ ਮਤਲਬ ਹੁਣ ਜਿਵੇਂ ਸਵਾਲ ਕੀਤਾ ਸੀ ਪੰਜਾਬੀ ਪੰਜਾਬ ਸਰਕਾਰ ਵਿਭਾਗ ਵੱਲੋਂ ਜਾਂ SGPC ਵੱਲੋਂ ਕੋਈ ਹੋਰ ਇਸ ਪਾਸੇ ਕੋਈ ਅਸਰਦਾਰ ਕਦਮ ਨਹੀਂ ਚੁੱਕਿਆ ਗਿਆ? ਪੰਜਾਬ ਸਰਕਾਰ ਤਾਂ ਤੁਸੀਂ ਜਿੱਦਾਂ ਪਹਿਲਾਂ ਗੱਲ ਹੋਈ ਸੀ ਨਾ, ਪੰਜਾਬ ਸਰਕਾਰ ਨੇ ਅੰਗਰੇਜ਼ ਪੰਜਾਬੀ ਕੰਪਲਸਰੀ ਕਰ ਦਿੱਤੀ ਆ। ਹਾਂਜੀ, ਪਰ ਤੁਸੀਂ ਜਾ ਕੇ ਹਾਲੇ ਵੀ ਦੇਖ ਲਓ ਪੰਜਾਬ ਸਰਕਾਰ SGPC ਆਪਣੀ ਕੋਈ ਵੀ ਵੈਬਸਾਈਟ ਪੰਜਾਬੀ ਨਹੀਂ। ਹਾਂਜੀ ਹਾਂਜੀ, ਉਹ ਵੈਬਸਾਈਟਾਂ ਵੈਸੇ ਖੋਲਦੀਆਂ ਵੀ ਨਹੀਂ ਹੈਗੀਆਂ, ਕਈ ਬੰਦ ਹੋ ਜਾਂਦੀਆਂ ਜਾਂ ਕਿੱਦਾਂ, ਉਹ ਅਪਡੇਟ ਵੀ ਨਹੀਂ ਹੈ ਕੋਈ, ਮਤਲਬ ਸਮੇਂ ਦੇ ਆਉਣੇ ਵਾਲੀ ਗੱਲ ਹੋ ਜਾਂਦੀ ਆ। ਪੰਜਾਬੀ ਤਾਂ ਹੈ ਹੀ ਨਹੀਂ ਕੋਈ ਵੈਬਸਾਈਟ ਪੰਜਾਬ ਸਰਕਾਰ ਦੀ, ਇੰਪਲੀਮੈਂਟ ਕਰਨ ਲਈ ਕਿੰਨੀ ਸੀਰੀਅਸਨੈਸ ਹੈਗੀ ਆ। ਹਾਂਜੀ ਹਾਂਜੀ, ਤੇ ਮੈਂ ਤਾਂ ਹਾਂਜੀ ਜਿੱਦਾਂ ਹੁਣ ਮੈਂ ਤਾਮਿਲਨਾਡੂ ਦਾ ਐਗਜ਼ਾਮਪਲ ਲੈਂਦਾ, ਤਾਮਿਲਨਾਡੂ ਸਰਕਾਰ ਨੇ ਇੱਕ ਸਪੈਸ਼ਲ ਅਲੱਗ ਫੰਡ ਰੱਖਿਆ ਜਿਹਦੇ ਵਿੱਚ ਕਿ 1 ਕਰੋੜ ਤੋਂ ਹਰ ਸਾਲ ਉਹ ਦਿੰਦਾ ਹੀ, ਉਹਦੇ ਇਲਾਵਾ ਵੀ ਕੋਰਪਸ ਫੰਡ ਹੈ ਜਿਹਦਾ ਮਕਸਦ ਸਿਰਫ ਇਹ ਹੈ ਵੀ ਤਾਮਿਲ ਦੀ ਤਕਨੀਕੀ ਵਿਕਾਸ ਦੇ ਲਈ ਕੰਪਿਊਟਰ ਹੋਣ। ਆਪਣੇ ਏਦਾਂ ਦੀ ਕੋਈ ਸਕੀਮ ਨੀ ਹੈਗੀ ਆ, ਕੋਈ ਇਸ ਤਰ੍ਹਾਂ ਦਾ ਅਲੱਗ ਫੰਡ ਨੀ ਹੈਗਾ, ਕੋਈ ਇਸ ਤਰ੍ਹਾਂ ਦਾ ਕਦਮ ਨੀ ਚੱਕਿਆ ਜਾ ਰਿਹਾ ਵੀ ਪੰਜਾਬ ਸਰਕਾਰ ਆਪਣੇ ਵੱਲੋਂ ਕੋਈ ਕਦਮ ਚੱਕੇ ਵੀ ਪੰਜਾਬੀ ਦੇ ਲਈ ਅਸੀਂ ਕੋਈ ਸੋਫਟਵੇਅਰ ਤਿਆਰ ਕਰਵਾਈਏ, ਜਾਂ ਫਿਰ ਜਿੱਦਾਂ ਤੁਸੀਂ ਗੱਲ ਕੀਤੀ ਸੀ ਵੀ ਲੈਟਰ ਦੇ ਟੈਂਪਲੇਟ ਤਿਆਰ ਹੋਇਆ ਵੀ ਤਾਂ ਕਿ ਜਦੋਂ ਸ਼ੁਰੂ ਕਰਨਾ ਤੇ ਇੱਕ ਟੈਂਪਲੇਟ ਮਿਲ ਜਾਏ ਬੰਦਾ ਉਹਦੇ ਚੱਕੇ ਪੰਜਾਬੀ ਚ ਟਾਈਪਿੰਗ ਕਰ ਸਕੇ। ਇਸ ਤਰ੍ਹਾਂ ਦੇ ਖੈਰ ਕਦਮ ਸੱਚ ਮੈਨੂੰ ਖੁਦ ਦੁੱਖ ਨਾਲ ਕਹਿਣਾ ਪੈਂਦਾ ਵੀ ਪੰਜਾਬ ਸਰਕਾਰ ਨੇ ਕੋਈ ਨੀ ਚੱਕਿਆ ਹੈਗਾ। ਹਾਂਜੀ ਹਾਂਜੀ, ਉਹ ਹਾਂਜੀ ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਵਿਕਾਸ ਕਾਰਜਾਂ ਲਈ ਘੱਟ ਹੀ ਫੰਡ ਰੱਖੇ ਜਾਂਦੇ ਹਨ, ਤੇ ਬਾਕੀ ਜਿੱਥੇ ਲੋਕੀ ਖੁਸ਼ ਹੋਣ ਜਾਂ ਕਿਸੇ ਤੋਂ ਇੱਕ ਵਰਗ ਖੁਸ਼ ਹੋਵੇ ਉਧਰਲੇ ਪਾਸੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਤੇ ਚਲੋ ਕੀ ਕਰ ਸਕਦੇ ਹੁਣ, ਤੇ ਹੋਰ ਕੋਈ ਪ੍ਰੋਜੈਕਟ ਤੁਹਾਡੇ ਇਸ ਪਾਸੇ ਚੱਲ ਰਿਹਾ ਹੋਵੇ ਜਾਂ ਕੁਛ ਦੱਸੋ? ਅਸੀਂ ਕੰਪਲੀਟ ਵੀ ਕੀਤਾ ਸੀ ਉਹਨਾਂ ਚੋਂ, ਜਿਵੇਂ ਮੈਂ ਇੱਕ ਪ੍ਰੋਜੈਕਟ ਸਾਨੂੰ ਨਵਾਂ ਮਿਲਿਆ ਹੈਗਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਵੱਲੋਂ, ਜਿਹਦੇ ਚ ਮੈਂ ਦੱਸ ਰਿਹਾ ਸੀ ਵੀ ਅਸੀਂ ਪੰਜਾਬੀ ਜਿੱਦਾਂ ਬੰਦਾ ਟਾਈਪ ਕਰਦਾ ਹੈਗਾ ਤੇ ਪੰਜਾਬੀ ਬੋਲ ਦੇਗਾ ਕੰਪਿਊਟਰ, ਉਹਦੇ ਵਿੱਚ ਉਹਨਾਂ ਨੇ ਕੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਫਿਜ਼ੀਕਲੀ ਚੈਲੇਂਜ ਬੰਦੇ ਹੈਗੇ ਉਹਨਾਂ ਨੂੰ ਕਿੱਦਾਂ ਕੰਪਿਊਟਰ ਵਰਤਣਾ, ਅਗਰ ਉਹਨਾਂ ਨੇ ਇਨਫੈਕਟ ਮੈਂ ਇੱਕ ਕਾਨਫਰੰਸ ਅਟੈਂਡ ਮੈਨੂੰ ਇਸ ਚੀਜ਼ ਦੀ ਬੜੀ ਕਮੀ ਮਹਿਸੂਸ ਹੋਈ ਸੀ ਕਿ ਅਸੀਂ ਤਾਂ ਚਲੋ ਠੀਕ ਠਾਕ ਹੈਗਾ ਪਰ ਸਾਨੂੰ ਬੰਦੇ ਅਨਫੋਰਚੁਨੇਟਲੀ ਦੇਖ ਨੀ ਸਕਦੇ ਉਹ ਕਿੱਦਾਂ ਕੰਪਿਊਟਰ ਵਰਤਦੇ ਹੈਗੇ ਆ। ਉਹ ਮੈਂ ਦੇਖਿਆ ਸੀ ਵੀ ਅੰਗਰੇਜ਼ੀ ਦੇ ਇੰਨੇ ਟੋਪ ਕਲਾਸ ਸੋਫਟਵੇਅਰ ਬਣ ਗਏ ਆ ਤੇ ਬੰਦੇ ਨੇ ਮੈਂ ਦੇਖਿਆ ਵੀ ਇੰਨੇ ਫਸਟ ਕਲਾਸ ਤਰੀਕੇ ਨਾਲ ਈਮੇਲ ਯੂਜ਼ ਕਰ ਰਿਹਾ, ਈਮੇਲ ਕਰ ਰਿਹਾ ਸੀਗਾ, ਫੇਸਬੁੱਕ ਤੇ ਜਾ ਰਿਹਾ ਸੀ, ਹਰ ਚੀਜ਼ ਯੂਜ਼ ਕਰ ਰਿਹਾ ਸੀ, ਹਾਲਾਂਕਿ ਬੰਦੇ ਨੂੰ ਨਜ਼ਰ ਨੀ ਆਉਂਦਾ ਸੀ। ਉਹ ਸੋਫਟਵੇਅਰ ਏਦਾਂ ਬਣੇ ਵੀ ਆਪਣੇ ਇੰਨੇ ਸਾਰੇ ਕਮਾਂਡ ਬੋਲੀ ਜਾਂਦੇ ਹੈਗੇ ਆ। ਹਾਂਜੀ ਹਾਂਜੀ, ਉਹ ਉਹਦੇ ਲਈ ਤੁਹਾਨੂੰ ਉਹੀ ਚਾਹੀਦਾ ਜਿਹੜਾ ਮੈਂ ਦੱਸ ਰਿਹਾ ਸੀ ਵੀ ਜਿਹੜੀ ਕਮਾਂਡ ਸੋਫਟਵੇਅਰ ਆਪਣੇ ਆਪ
ਜੋ ਵੀ ਲਿਖਿਆ ਉਹਨੂੰ ਬੋਲ ਕੇ ਦੱਸ ਦੇਵੇ। ਅਸੀਂ ਅਗਰ ਉਸੇ ਗਲੀ ਦੇ ਉੱਪਰ ਚੱਲਦੇ ਹਾਂ ਜਾਂ ਸੋਫਟਵੇਅਰ ਬਣਾਉਣਾ ਵੀ ਜਿਹਦੇ ਵਿੱਚ ਜਿਹੜੇ ਬੰਦੇ ਨੂੰ ਜਿਹੜਾ ਬੰਦਾ ਦੇਖ ਨਹੀਂ ਸਕਦਾ ਹੈਗਾ ਉਹਨੂੰ ਵੀ ਆਪਣੇ ਆਪ ਉਹ ਕੰਪਿਊਟਰ ਬੋਲ ਬੋਲ ਕੇ ਹਰ ਕਮਾਂਡ ਪੰਜਾਬੀ ਚ ਦੱਸੀ ਜਾਊਗਾ। ਜਾਂ ਈਵਨ ਅਗਰ ਉਹਨੇ ਅਖਬਾਰ ਵੀ ਪੜ੍ਹਨੀ ਹੈ ਤਾਂ ਅਖਬਾਰ ਵੀ ਉਹਨੂੰ ਪੜ੍ਹ ਕੇ ਸੁਣਾ ਦੇਗਾ। ਇੱਕ ਤਾਂ ਸਾਡਾ ਪ੍ਰੋਜੈਕਟ ਇਹ ਹੈਗਾ ਜਿਹੜਾ ਅਸੀਂ ਹੁਣ ਸ਼ੁਰੂ ਜਨਵਰੀ ਚ ਕਰਨ ਲੱਗੇ ਹਾਂ ਤੇ ਉਮੀਦ ਹੈ ਵੀ 2 ਸਾਲ ਚ ਕੰਪਲੀਟ ਹੋ ਜਾਏਗਾ। ਇਹਦੇ ਇਲਾਵਾ ਅਸੀਂ ਜਿੱਦਾਂ ਮੈਂ ਦੱਸਿਆ ਸੀ ਅਸੀਂ ਅਖਾਣਾ ਤੇ ਮੁਹਾਵਰੇ ਵਾਲੇ ਨੂੰ ਵਾਰ ਫੁਟਿੰਗ ਤੇ ਸ਼ੁਰੂ ਕੀਤਾ ਸੀ ਕਿਉਂਕਿ ਮੈਨੂੰ ਲੱਗਦਾ ਇਹ ਵੀ ਬਹੁਤ ਜ਼ਰੂਰੀ ਪ੍ਰੋਜੈਕਟ ਹੈਗਾ ਤੇ ਉਮੀਦ ਹੈ ਵੀ 3-4 ਮਹੀਨਿਆਂ ਦੇ ਵਿੱਚ ਅਸੀਂ ਇਹ ਆਨਲਾਈਨ ਲਿਆ ਦੇਵਾਂਗੇ। ਹੋਰ ਕੋਈ ਤੁਸੀਂ ਸੁਨੇਹਾ ਸੰਦੇਸ਼ ਜਾਂ ਪੰਜਾਬੀ ਵਰਤੋਂਕਾਰਾਂ ਲਈ ਜਾਂ ਖੋਜਕਾਰਾਂ ਲਈ ਜਾਂ ਕੋਈ ਸੁਨੇਹਾ ਸੰਦੇਸ਼ ਦੇਣਾ ਚਾਹੋਗੇ ਆਖਿਰ ਵਿੱਚ? ਨਹੀਂ, ਮੇਰੇ ਤਾਂ ਸਾਰੇ ਪੰਜਾਬੀ ਵੀਰਾਂ ਨੂੰ ਇਹ ਜ਼ਰੂਰ ਬੇਨਤੀ ਸੀ, ਮੈਂ ਸਮਝ ਲਿਆ ਵੀ ਘੱਟੋ ਘੱਟ ਆਪਣੇ ਘਰ ਚ ਪੰਜਾਬੀ ਜ਼ਰੂਰ ਬੋਲੋ। ਹਾਂਜੀ ਹਾਂਜੀ, ਬੱਚਿਆਂ ਨਾਲ ਪੰਜਾਬੀ ਬੋਲਣੀ ਬਹੁਤ ਜ਼ਰੂਰੀ ਹੈਗੀ ਆ ਕਿਉਂਕਿ ਅਗਰ ਅਸੀਂ ਬੱਚਿਆਂ ਨਾਲ ਨਹੀਂ ਪੰਜਾਬੀ ਬੋਲਾਂਗੇ ਚਲੋ ਜੋ ਮਰਜ਼ੀ ਬਾਹਰ ਬੋਲਦਾ ਰਹੇ ਘਰ ਅੱਗੇ ਵੀ ਅੰਗਰੇਜ਼ੀ ਆ ਹਿੰਦੀ ਬੋਲੇ ਪਰ ਸਾਨੂੰ ਫੋਰਸ ਕਰਨਾ ਚਾਹੀਦਾ ਕਿ ਪੰਜਾਬੀ ਜ਼ਰੂਰ ਵਿੱਚ ਗੱਲ ਕਰੇ। ਘੱਟੋ ਘੱਟ ਥੋੜਾ ਬੋਲਣੀ ਜਾਂ ਸਮਝਣੀ ਤਾਂ ਸਿੱਖਣੀ ਚਾਹੀਦੀ ਹੈ, ਬਾਅਦ ਚ ਬੰਦਾ ਫਿਰ ਹੌਲੀ ਹੌਲੀ ਲਿਖਣੀ ਪੜ੍ਹਨੀ ਸਿੱਖ ਲੈਂਦਾ ਆ। ਜਿਵੇਂ ਹੁਣ ਸ਼ਬਦ ਕੋਸ਼ਾਂ ਦੀ ਜਿਵੇਂ ਇੱਕ ਹੋਰ ਗੱਲ ਹੋਈ ਹੈ, ਸ਼ਬਦ ਕੋਸ਼ ਹੋਰ ਹੋਣਾ ਚਾਹੀਦਾ, ਜਿਵੇਂ ਪੰਜਾਬੀ ਤੋਂ ਪੰਜਾਬੀ ਸ਼ਬਦ ਕੋਸ਼ ਵੀ ਹੋਣਾ ਚਾਹੀਦਾ ਵੀ ਇਸ ਪੰਜਾਬੀ ਅੱਖਰ ਦਾ ਕੀ ਮਤਲਬ ਹੋਇਆ ਜਾਂ ਕਿਵੇਂ ਜਾ ਸਕਦਾ ਕਿਸ ਤਰ੍ਹਾਂ ਦੇ, ਹਨਾ। ਹਾਂਜੀ ਹਾਂਜੀ, ਮੈਂ ਵੀ ਸਾਰੀ ਇਸ ਪਾਸੇ ਖੋਜ ਕੀਤੀ ਸੀ, ਕਿਤਾਬਾਂ ਮੰਗਵਾਈਆਂ ਸੀ ਉਹ ਇਸ ਪਾਸੇ, ਇੱਕ ਪੰਜਾਬੀ ਭਾਸ਼ਾ ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ ਕੋਸ਼ ਡਾਕਟਰ ਬਲਦੇਵ ਸਿੰਘ ਚੀਮਾ ਵੱਲੋਂ ਜਿਹੜੀ ਕਿਤਾਬ ਛਪਾਈ ਗਈ ਆ, ਮੈਂ ਉਹੀ ਮੈਂ ਦੇਖਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਵੀ ਕਈ ਵਾਰੀ ਹੁਣ ਜਿਵੇਂ ਪੁੱਛਣਾ ਵੀ ਫੇਸਬੁੱਕ ਕਰਦਾ ਹੈ ਕਰਦੀ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਸਵਾਲ ਆ ਜਾਂਦੇ ਆ। ਹੁਣ ਫੌਂਟ ਬਿੰਦੀ ਨਾ ਪਾਉਣਾ ਹੈ, ਕਨੋੜੇ ਨਾ ਪਾਉਣਾ ਹੈ, ਇਸ ਤਰ੍ਹਾਂ ਦਾ ਮਤਲਬ ਤਕਨੀਕੀ ਵੀ ਇੰਗਲਿਸ਼ ਤੋਂ ਪੰਜਾਬੀ ਵਾਲੀ ਕੋਈ ਸ਼ਬਦ ਕੋਸ਼ ਹੋਣਾ ਚਾਹੀਦਾ ਵੀ ਇਸ ਨੂੰ ਕੀ ਕਹਿੰਦੇ ਹਨ ਜਾਂ ਇਸ ਤਰ੍ਹਾਂ ਇਸ ਪਾਸੇ ਵੀ ਕੰਮ ਚਾਹੀਦਾ। ਇਸ ਕਰਕੇ ਮੈਂ ਕਿਤਾਬ ਮੰਗਾਈ ਸੀਗੀ ਤਾਂ ਫਿਰ ਵੀ ਉਹ 'ਚ ਥੋੜ੍ਹਾ ਮੋਟਾ ਹੈਗਾ, ਪਰ ਜੇ ਸਭ ਤੋਂ ਚੰਗਾ ਉਹੀ ਗੱਲ ਹੁੰਦੀ ਆ ਕਿਤਾਬ 'ਚ ਫਿਰ ਲੱਭਣਾ ਪੈਂਦਾ ਹੈ ਅਤੇ ਜੇ ਕੰਪਿਊਟਰ 'ਚ ਫਿਰ ਤੁਹਾਨੂੰ ਲਿਖਣ ਦੀ ਲੋੜ ਹੈ ਜਿਵੇਂ ਤੁਹਾਡੀ ਆ ਪੰਜਾਬੀ ਸ਼ਬਦ ਕੋਸ਼ ਹੈ ਤਾਂ ਝਟਪਟ ਜਵਾਬ ਆ ਜਾਂਦਾ ਹੈ, ਹੈ ਨਾ। ਤੇ ਆਖਿਰ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਜੋ ਸਮਾਂ ਕੱਢਿਆ ਅਤੇ ਵਿਚਾਰ ਸਾਂਝੇ ਕੀਤੇ। ਬਾਕੀ ਇਹ ਆਪਾਂ ਫੇਸਬੁੱਕ 'ਤੇ ਸੰਪਰਕ 'ਚ ਰਹਾਂਗੇ ਅਤੇ ਮੇਰੇ ਲਾਈਕ ਕੋਈ ਸੇਵਾ ਹੋਵੇ ਤਾਂ ਜ਼ਰੂਰ ਦੱਸਣਾ। ਅਤੇ ਹਾਂਜੀ 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 ਹਾਂਜੀ, ਮੈਂ ਵੀ ਦੇਖਿਆ ਮੇਰੇ ਜਾਂ ਮੈਨੂੰ ਵੀ ਬਹੁਤ ਖੁਸ਼ੀ ਹੋਈ ਸੁਣ ਕੇ ਕਿ ਜਿਹੜੀ ਮੇਰੀ ਸੋਚ ਆ ਹੋਰਾਂ ਦੀ ਵੀ ਸੋਚ, ਜਿਵੇਂ ਕਿ ਉਹ ਅੱਖਰ ਪ੍ਰੋਗਰਾਮ ਦੇ ਕਾਪੀਰਾਈਟਸ ਦੀ ਗੱਲ ਹੋਈ ਤਾਂ ਹੋਰ ਵੀ ਪੰਜਾਬੀ ਹੈਗੇ ਆ ਜਿਹੜੇ ਇਹੀ ਮੇਰੇ ਵਾਲੀ ਸੋਚ ਰੱਖਦੇ ਆ, ਬਹੁਤ ਖੁਸ਼ੀ ਹੋਈ ਸੁਣ ਕੇ, ਤਾਂ ਨਹੀਂ ਤਾਂ ਵੈਸੇ ਮੈਂ ਗੱਲਾਂ ਹੀ ਦੇਖਿਆ ਸੀ। ਤੋ ਸੋ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਥੈਂਕ ਯੂ। ਸਾਡੀ ਗੱਲ ਸ਼ੇਰਾਂ ਬਗਿਆੜਾਂ ਵਾਲੀ ਗੱਲ, ਸਾਡੇ ਕੋਲ ਹੋਣੀ ਕਰਾੜਾਂ ਵਾਲੀ ਗੱਲ, ਮਾੜੀ ਨਹੀਂ ਆ।